ਦੀਪਕ ਜੀ ਅੱਜ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਜ਼ਮਾਨਤ ਦਾ ਇੰਪੈਕਟ ਕੀ ਹੋਏਗਾ ਕਿ ਹੁਣ ਇਹ ਕਹਿ ਸਕਦੇ ਹਾਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਾਸਤੇ ਇਹ ਇੱਕ ਸੰਜੀਵਨੀ ਬੂਟੀ ਦਾ ਕੰਮ ਕਰ ਸਕਦੀ ਹੈ ਅ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਕਿਉਂਕਿ ਉਹਨਾਂ ਨੂੰ ਚੋਣ ਪ੍ਰਚਾਰ ਦੇ ਵਿੱਚ ਗੱਲ ਕਰਨ ਦੀ ਖੁੱਲ ਵੀ ਦਿੱਤੀ ਹੈ ਅਦਾਲਤ ਨੇ ਜ਼ਮਾਨਤ ਹੀ ਉਹਨਾਂ ਨੂੰ ਅੰਤਰਮ ਜ਼ਮਾਨਤ ਹੀ ਚੋਣ ਪ੍ਰਚਾਰ ਕਰਨ ਲਈ ਮਿਲੀ ਹੈ ਹਮ ਅਦਾਲਤ ਨੇ ਇਸੇ ਮਾਨਯੋਗ ਜੱਜ ਸਾਹਿਬਾਨ ਨੇ ਇਸੇ ਪਹਿਲੂ ਤੇ ਕਿਹਾ ਕਿ ਉਹ ਚੁਣੇ ਹੋਏ ਮੁੱਖ ਮੰਤਰੀ ਨੇ ਜੀ ਤੇ ਚੋਣਾਂ 5 ਸਾਲ ਬਾਅਦ ਆਉਂਦੀਆਂ ਨੇ ਹੂੰ ਤੇ ਇਹਗਲੇ ਚੋਣ ਪ੍ਰਚਾਰ ਨਹੀਂ ਕਰਨ ਦਾ ਮੌਕਾ ਉਹਨੂੰ ਫਿਰ ਕੀ ਫਾਇਦਾ ਜੀ ਇਸ ਅਦਾਰਤੀ ਉਹਨਾਂ ਨੂੰ ਸਰਕਾਰੀ ਕੰਮ ਦੇ ਵਿੱਚ ਦਖਲ ਦੇਣ ਤੋਂ ਰੋਕ ਦਿੱਤਾ ਗਿਆ ਹੂੰ ਕਿਉਂਕਿ ਕਿਸੇ ਵੀ ਤਰ੍ਹਾਂ ਦੇ ਕੋਈ ਸਰਕਾਰੀ ਕੰਮ ਦੇ ਵਿੱਚ ਵਿਗੜ ਨਹੀਂ ਪਾਉਣਗੇ ਕੋਈ ਕਾਰਵਾਈ ਨਹੀਂ ਕਰਨਗੇ ਕੋਈ ਤਖਲ ਨਹੀਂ ਦੇਣਗੇ ਕੋਈ ਫਾਈਲ ਨੂੰ ਅੱਗੇ ਨਹੀਂ ਵਧਾਉਣਗੇ ਹਾਂ ਚੋਣ ਪ੍ਰਚਾਰ ਤੋਂ ਛੋਟ ਹੈ ਜੀ ਇਸੇ ਅਦਾਰਤੀ ਉਹਨਾਂ ਨੂੰ ਜ਼ਮਾਨਤ ਮਿਲੀ ਔਰ ਬਿਲਕੁਲ ਤੁਸੀਂ درست فرمایا ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ ਜ਼ਮਾਨਤ ਨੂੰ ਸੰਜੀਵਨੀ ਵਜੋਂ ਲੈਣਗੇ ਹੂੰ ਉਹਨਾਂ ਲਈ ਇਹ ਸੰਜੀਵਨੀ ਮਤਲਬ ਅਰਵਿੰਦ ਕੇਜਰੀਵਾਲ ਦੇ ਘਰ ਦੇ ਇੰਨੇ ਖੁਸ਼ ਨਹੀਂ ਹੋਏ ਉਹਨੇ ਪਰਿਵਾਰ ਦੇ ਜੀ ਇੰਨੇ ਖੁਸ਼ ਨਹੀਂ ਹੋਏ ਉਹਨੇ ਜਿਨੇ ਉਮੀਦਵਾਰ ਖੁਸ਼ ਹੋਏ ਉਹਨੇ ਕਿ ਲੈ ਵੀ ਹੁਣ ਗੱਲ ਬਣ ਗਈ ਜੇ ਉਹਨੇ ਕੱਟਿਆ ਤੇ ਜਿੱਤਾਂਗੇ ਆਪਾਂ ਸ਼ਹਿਰ ਉਹਨਾਂ ਦੀ ਆਸ ਜਾਗ ਗਈ ਹੈ ਸੋ ਅਰਵਿੰਦ ਕੇਜਰੀਵਾਲ ਨੇ ਆਉਂਦੇ ਹੀ ਉਹ ਮਾਹੌਲ ਵੀ ਬਣਾਇਆ ਬਾਹਰ ਆਉਂਦੇ ਹੀ ਮੈਕ ਸੰਭਾਲਿਆ ਤੇ ਕਿ ਆ ਸਵੇਰ ਨੂੰ ਹਨੂਮਾਨ ਜੀ ਦੇ ਮੰਦਿਰ ਚ ਮਿਲਾਂਗੇ ਦੁਪਹਿਰ ਨੂੰ ਮੀਡੀਆ ਦੇ ਟੈਲੀਵਿਜ਼ਨਾਂ ਤੇ ਮਿਲਾਂਗੇ ਪ੍ਰੈਸ ਕਾਨਫਰੰਸ ਕਰਾਂਗੇ ਸੋ ਆਉਂਦੇ ਹੀ ਉਹ ਰਾਮ ਜੀ ਤੇ ਰਾਮ ਜੀ ਦੇ ਹਨੂਮਾਨ ਜੀ ਉਸ ਮੁੱਦੇ ਤੇ ਜਿਸ ਮੁੱਦੇ ਤੇ ਪਾਰਟਪਾਰ ਚੋਂ ਲੈ ਕੇ ਜਾ ਰਹੀ ਆ ਉਸ ਮੁੱਦੇ ਨੂੰ ਕਾਊਂਟਰ ਕਰਨ ਦੇ ਲਈ ਫਾਰਮੂਲੇ ਤੇ ਆਗੇ ਕੇਜਰੀਵਾਲ ਹਮ ਹਾਂ ਅਰਵਿੰਦ ਕੇਜਰੀਵਾਲ 40 ਦਿਨਾਂ ਤੋਂ ਜਿਲ ਸੀ ਇਸ ਦੌਰਾਨ ਇੱਕੋ ਐਮ ਉਹਨਾਂ ਦੀ ਸ਼ੂਗਰ ਨੂੰ ਲੈ ਕੇ ਵੀ ਖਿੱਚੋ ਤਾਂ ਚੱਲੀ ਕਿ ਅੰਬ ਚੁੱਕ ਦੇ ਨੇ ਜੀ ਮਠਿਆਈਆਂ ਖਾਂਦੇ ਨੇ ਜੀ ਤੇ ਪਰ ਉਹ ਮਾਨਯੋਗ ਜੱਜ ਸਾਹਿਬਾਨ ਨੇ ਜ਼ਮਾਨਤ ਦੇ ਦਿਆ ਕਿ 1 ਜੂਨ ਤੱਕ ਜ਼ਮਾਨਤ ਹੈ ਜੀ ਹਮ ਇਹ ਅੰਤਰਮ ਜ਼ਮਾਨਤ 1 ਜੂਨ ਨੂੰ ਹੈ 2 ਜੂਨ ਨੂੰ ਤੁਸੀਂ ਆਪਣੇ ਆਪ ਸਰੈਂਡਰ ਕਰਨਾ ਹੈ ਜੀ ਇਸ ਮੌਕੇ ਉਹਨਾਂ ਨੇ ਇਸ ਦਾ ਆਧਾਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਨੇ ਬਕਾਇਦਾ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪੰਕਰ দত্ত ਹੋਰਾਂ ਨੇ ਕਿ ਕਿਹਾ ਕਿ ਕੇਜਰੀਵਾਲ ਕੋਈ ਰੂਟੀਨ ਮੁਜਰਮ ਨਹੀਂ ਹੈ ਕੋਈ ਆਤਨ ਉਪਰਾਧੀ ਨਹੀਂ ਹੈ ਲਗਾਤਾਰ ਵਾਲਾ ਉਪਰਾਧੀ ਨਹੀਂ ਹੈ ਇਸ ਆਧਾਰ 'ਤੇ ਉਹਨਾਂ ਦੇ ਉਹਨਾਂ ਨੂੰ ਅੰਤਿਮ ਨਿਯਮੰਤ ਮਿਲਦਾ ਫਿਰ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੇ ਤੇ ਉਹ ਚੁਣੇ ਹੋਏ ਮੁੱਖ ਮੰਤਰੀ ਨੇ ਇਸ ਲਈ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਦੇ ਲਈ ਵਿਮਾਨਤ ਮਿਲਣੀ ਚਾਹੀਦੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਚੋਣਾਂ ਤਾਂ 5 ਸਾਲ ਬਾਅਦ ਆਉਂਦੀਆਂ ਹਨ ਨਾਲ ਸ਼ਰਤ ਆ ਗਈ ਇਸ ਨੂੰ ਕਾਊਂਟਰ ਕਰਦੇ ਆਂ ਕੱਲ ਈਡੀ ਨੇ ਆਪਣਾ ਹਲਫਨਾਮਾ ਦਾਖਲ ਕੀਤਾ ਸੀ ਜ ਜਿਹਦੇ ਵਿੱਚ ਬਕਾਇਦਾ ਤੌਰ ਤੇ ਈਡੀ ਨੇ ਕਿਹਾ ਸੀਗਾ ਕਿ ਸਰ ਇਹ ਨਾ ਤਾਂ ਮੌਲਕ ਅਧਿਕਾਰ ਹੈ ਨਾ ਇਹ ਸੰਵਿਧਾਨਕ ਅਧਿਕਾਰ ਹੈ ਜਿਹਨੂੰ ਪ੍ਰਚਾਰ ਕਰਨਾ ਨਾ ਹੀ ਇਹ ਕਾਨੂੰਨੀ ਅਧਿਕਾਰ ਹੈ ਕਿ ਇਹਦੇ ਲਈ ਜਮਾਨਤ ਦੇਣੀ ਪਊਗੀ ਜੇ ਇਹੀ ਆਧਾਰ ਬਣਨਾ ਫਿਰ ਤਾਂ ਅਸੀਂ ਕਨ ਕੋਈ ਲੀਡਰ ਪੜੇ ਨਹੀਂ ਸਕਦੇ ਹਮ ਇੱਕ ਸਾਲ ਦੇ ਵਿੱਚ ਕਹਿੰਦੇ ਕਿ ਸੈਂਕੜੇ ਚੋਣਾਂ ਆ ਜਾਂਦੀਆਂ ਇਹਨਾਂ ਨੇ ਪਿਛਲੇ 3 ਸਾਲ ਦਾ ਹਵਾਲਾ ਦਿੱਤਾ ਈਡੀ ਨੇ ਆਪਣੇ ਹਲਫਨਾਮੇ ਵਿੱਚ ਕਿ 3 ਸਾਲਾਂ ਚ 123 ਚੋਣਾਂ ਹੋਈਆਂ ਨੇ ਦੇਚ ਫਿਰ ਤਾਂ ਜਿਹੜਾ ਵੀ ਲੀਡਰ ਹੋਇਆ ਕਰੂ ਕਹੂਗਾ ਜੀ ਮੈਨੂੰ ਜਮਾਨਤ ਚਾਹੀਦੀ ਚੋਣ ਆ ਗਈਆਂ ਫਿਰ ਇਸ ਪਹਿਲੂ ਤੇ ਉਹਨਾਂ ਨੇ ਆਪਣਾ ਤਰਕ ਰੱਖਿਆ ਸੀ ਪਰ ਉਹ ਤਰਕ ਉਹਨਾਂ ਦੇ ਚੱਲੇ ਨਹੀਂ ਕਿ केजरीवाल ਨੂੰ ਜਮਾਨਤ ਮਿਲ ਗਈ ਹੁਣ ਤੁਸੀਂ ਇਸ ਜਮਾਨਤ ਦਾ ਅਸਰ ਕੀ ਹੈ ਜਿਹੜੇ ਆਪਾਂ ਸੰਜੀਵਨੀ ਦੀ ਗੱਲ ਕਰ ਰਹੇ ਹਾਂ ਜੀ ਵਿਜੇ ਜੀ ਤਿੰਨ ਰਾਊਂਡ ਪੂਰੇ ਹੋ ਚੁੱਕੇ ਨੇ ਹਾਂਜੀ ਲਗਭਗ ਚੌਥਾ ਨੇੜੇ ਲੱਗਣ ਵਾਲਾ ਹੈ ਇਹਦਾ ਮਤਲਬ ਪੰਜਵਾਂ 6ਵਾਂ 7ਵਾਂ ਇਹ ਤਿੰਨ ਰਾਊਂਡ ਨੇ ਜਿਨ੍ਹਾਂ ਚ ਰਵੀਂਤ ਕੇਜਰੀਵਾਲ ਖੁੱਲ ਕੇ ਪ੍ਰਚਾਰ ਪੂਰੀ ਰਣਨੀਤੀ ਦੇ ਤਹਿਤ ਕਰ ਪਾਉਣਗੇ ਸ਼ਡਿਊਲ ਬਣਾ ਕੇ ਜੀ ਦੇ 6ਵੇਂ ਤੇ 7ਵੇਂ ਚੋਣ ਪ੍ਰਚਾਰ ਕਿੱਥੇ ਆਉਣਾ ਜੀ 6ਵੇਂ ਤੇ 7ਵੇਂ ਗੇੜਾ ਹੈਗਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਜੀ 6ਵੇਂ ਗੇੜ ਦੇ ਵਿੱਚ ਦਿੱਲੀ ਤੇ ਹਰਿਆਣੇ ਦੀਆਂ ਚੋਣਾਂ ਨੇ ਦਿੱਲੀ ਉਹ ਹਰਿਆਣਾ ਚ ਗਠਜੋੜ ਦੇ ਵਿੱਚ ਨਹੀਂ ਇੰਡੀਆ ਗਾਟਜੋੜ ਚ ਨੇ ਜੀ ਐ ਆਖਰੀ 7ਵੇਂ ਗੇੜ ਚ ਚੰਡੀਗੜ੍ਹ ਤੇ ਪੰਜਾਬ ਚ ਨੇ ਚੰਡੀਗੜ੍ਹ ਚ ਗਠਜੋੜ ਚ ਨੇ ਪੰਜਾਬ ਚ 13 ਦੀਆਂ 13 ਤੇ ਇਕੱਲੇ ਲੜ ਰਹੇ ਨੇ ਜੀ ਇਸ ਲਈ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਲ ਨਾਲ ਉਮੀਦਵਾਰਾਂ ਨੂੰ ਲੱਗਿਆ ਕਿ ਇਹ ਸਾਡੇ ਲਈ ਸੰਜੀਵਨੀ ਹੋਏਗੀ ਅਸੀਂ ਇਹਦੇ ਵਿੱਚ ਪਰ ਇਦੇ ਨਾਲ ਦੀ ਨਾਲ ਉਹ ਪਹਿਲੂ ਫੇਰ ਇੱਕ ਵਾਰ ਸਰਗਰਮ ਹੋ ਗਿਆ ਕਿ ਕੀ ਭਾਜਪਾ ਇਹਦੇ ਪਿੱਛੇ ਕੋਈ ਰਾਜਨੀਤੀ ਵੀ ਚੱਲ ਰਹੀ ਹੈ ਕੀ ਭਾਜਪਾ ਦੀ ਇਹ ਰਾਜਨੀਤੀ ਵੀ ਹੈ ਕਿ ਜੇ ਮੋਦੀ ਜੀ ਪਿੱਛੇ हटਦੇ ਨੇ ਤਾਂ ਕੇਜਰੀਵਾਲ ਜੀ ਅੱਗੇ ਵਧਣ ਹਮ ਤੇ ਇਸ ਨੀਤੀ ਤੇ ਰਾਮ ਜੀ ਤੇ ਉਹਨਾਂ ਦੇ ਹਨੂਮਾਨ ਜੀ ਸੋ ਇਸ ਨੀਤੀ ਨੂੰ ਵੀ ਕਈ ਰਾਜਨੀਤਿਕ ਮਾਹਰ ਇਸ ਪੱਖੋਂ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਜਿਹੜਾ ਇਹ ਆ ਰਿਹਾ ਕਿ 400 ਪਲੱਸ ਦਾ ਗਵਾਰੇ ਦੀ ਹਵਾ ਨਿਕਲ ਰਹੀ ਆ ਇਸ ਦੀ ਇਸ ਗਵਾਰੇ ਚ ਤਾਂ ਨਹੀਂ ਹਵਾ ਭਰੀ ਜਾ ਰਹੀ ਕੇ ਤਾਂ ਕਿ ਇੰਡੀਆ ਗੱਡਜੋੜ ਦੇ ਵਿੱਚ ਕੇਜਰੀਵਾਲ ਹੀਰੋ ਬਣ ਕੇ ਉੱਪਰ ਆ ਹੂੰ ਹੂੰ ਤਾਂ ਕਿ ਮੋਦੀ ਦਾ ਬਦਲ ਕਿਤੇ ਇਹਦੇ ਪਿੱਛੇ ਦੀ ਵੀ ਕੋਈ ਹੋਤਾ ਨਹੀਂ ਕਿਉਂਕਿ ਕਈ ਤਰ੍ਹਾਂ ਸਵਾਲ ਖੜੇ ਕਰਦੇ ਕਿ 2 ਟੀਮ ਆਏ ਉਹਨਾਂ ਦੀ ਹੂੰ 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 ਸੋ ਇਸ ਲਈ ਇਸ ਚਰਚਾ ਨੂੰ ਵੀ ਪਰ ਮਿਲ ਰਿਹਾ ਪਰ ਕਿਤਨਾ ਕਿਤੇ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਵਰਕਰ ਲੀਡਰ ਉਹਨਾਂ ਦੇ ਅਹੁਦੇਦਾਰ ਤੇ ਹੁਣ ਤੱਕ ਇਸ ਮਾਰਠਕ ਖੁਸ਼ ਨੇ ਜੀ ਭਾਜਪਾ ਅੱਜ ਸਹਿਮਚਾ ਕਿ ਕਿਤੇ ਆਹ ਤਿੰਨ ਰਾਊਂਡ ਤੇ ਸਿੱਧਾ ਕੇਜਰੀਵਾਲ ਅਸਰਨਾ ਪਾ ਜਵੇ ਔਰ ਕਾਂਗਰਸ ਹੈਰਾਨ ਵੀ ਹੈ ਉਹਨਾਂ ਨੂੰ ਇਹ ਵੀ ਲੱਗਦਾ ਕਿ ਤੇ ਰਾਹੁਲ ਬਾਵਾ ਦੀ ਉਥਾਨ ਨਾਲ ਇਹਨਾਂ ਦੇ ਨਤੀਜੇ ਕੁਝ ਪਲਟਦੇ ਨੇ ਦਰੋਨਾ ਚ ਵੀ ਹੂੰ ਦੀਪਕ ਚੋਧਰ ਅਮਰਿਤਪਾਲ ਸਿੰਘ ਨੇ ਵੀ ਜ਼ਮਾਨਤ ਦੀ ਮੰਗ ਇਸ ਖਾਤਰ ਕੀਤੀ ਸੀ ਵੀ ਉਹ ਜਾ ਕੇ ਆਪਣੇ ਨਾਮਜ਼ਦਗੀ ਦੇ ਪੇਪਰ ਭਰ ਸਕਣ ਉਹਦਾ ਕੀ ਬਣਿਆ ਜੀ ਅਮਰਿਤਪਾਲ ਸਿੰਘ ਨੂੰ ਹੁਣ ਜੇਲ੍ਹ ਦੇ ਵਿੱਚੋਂ ਹੀ ਨੋਮੀਨੇਸ਼ਨ ਫਾਈਲ ਕਰਨੀ ਪੈਣੀ ਆਪਣੀ ਬਿਲਕੁਲ ਜੀ ਪੰਜਾਬ ਦੇ ਵਿੱਚ ਅਮਰਿਤਪਾਲ ਸਿੰਘ ਹੋਰਾਂ ਦੀ ਚੋਣ ਨੂੰ ਲੈ ਕੇ ਜਿਹੜੀ ਸਰਗਰਮੀ ਸੀਗੀ ਉਹ ਬਿਲਕੁਲ ਸਪੱਸ਼ਟ ਹੈ ਕਿ ਉਹ ਆਜ਼ਾਦ ਚੋਣ ਲੜ ਰਹੇ ਹੂੰ ਤੇ ਇਸ ਨੂੰ ਲੈ ਕੇ ਉਹਨਾਂ ਨੇ ਬਕਾਇਦਾ ਪਟੀਸ਼ਨ ਦਾਖਲ ਕੀਤੀ ਸੀ ਪੰਜਾਬ ਰੈਨ ਹਾਈ ਕੋਰਟ 'ਚ ਉਹਨਾਂ ਦੇ ਵਕੀਲਾ ਨੇ ਹੂੰ ਤੇ ਕਿਉਂਕਿ ਅਮਰਿਤਪਾਲ ਸਿੰਘ ਉਹਨਾਂ ਨੇ ਖੰਡੂਰ ਤੇ ਉਹਦੀ ਡਿਗੜੂ ਗਰਦੀ ਜੇਲ੍ਹ ਦੇ ਅੰਦਰੋਂ ਹੀ ਹੂੰ ਇਹ ਕਹਿ ਸੀਗਾ ਕਿ ਮੈਂ ਖੰਡੂਰ ਸਾਹਿਬ ਤੋਂ ਚੋਣ ਲੜਨਾ ਚਾਹਣਾ ਤੇ ਆਜ਼ਾਦ ਚੋਣ ਲੜਨਾ ਚਾਹਣਾ ਤੇ ਉਹਦੇ ਲਈ ਮੈਨੂੰ ਨਾਮਿਨੇਸ਼ਨ ਫਾਈਲ ਕਰਨੇ ਪੈਣੇ ਆ ਉਹਦੇ ਲਈ ਮੈਨੂੰ ਨਾਮਜ਼ਦਗੀਆਂ ਭਰਨੀਆਂ ਪਈਆਂ ਤੇ ਨਾਮਜ਼ਦਗੀ ਦੀ ਤਾਰੀਖ 14 ਹੈ ਜੀ 14 ਮਈ ਤੱਕ ਹੈ ਉਹ ਤੋਂ ਪਹਿਲਾਂ ਮੈਂ ਨਾਮਜ਼ਦਗੀ ਭਰਨੀ ਹੈ ਸੋ ਇਸ ਲਈ ਉਹਨਾਂ ਨੇ ਅੰਦਰੋਂ ਇੱਕ ਅਪੀਲ ਕੀਤੀ ਭਾਰਤ ਦੇ ਚੋਣ ਕਮਿਸ਼ਨ ਨੂੰ ਅੰਦਰੋਂ ਅਪੀਲ ਕੀਤੀ ਪੰਜਾਬ ਦੇ ਚੋਣ ਕਮਿਸ਼ਨ ਨੂੰ ਅੰਦਰੋਂ ਹੀ ਆਪਣੇ ਜੇਲ੍ਹ ਮੁਖੀ ਨੂੰ ਤੇ ਅੰਦਰੋਂ ਹੀ ਪੰਜਾਬ ਸਰਕਾਰ ਨੂੰ ਹਾਂ ਹਾਂ ਕਿ ਮੇਰੇ ਲਈ ਇਹ ਪ੍ਰਬੰਧ ਕਰਕੇ ਦਿੱਤਾ ਜਾਵੇ ਕਿ ਮੈਂ ਬਾਹਰ ਆਵਾਂ ਤੇ ਉਹਨਾਂ ਨੇ ਇਸ ਦੇ ਲਈ ਜਿਹੜੀ ਉਹਨਾਂ ਦੇ ਵਕੀਲਾਂ ਨੇ ਪਟੀਸ਼ਨ ਪਾਈ ਸੀ ਪੰਜਾਬ ਹਾਈ ਕੋਰਟ 'ਚ ਉਹਦੇ ਵਿੱਚ 7 ਦਿਨ ਦੀ ਮੌਲਤ ਮੰਗੀ ਸੀ ਕਿ ਮੈਨੂੰ 7 ਦਿਨਾਂ ਦੀ ਮੌਲਤ ਦਿੱਤੀ ਜਾਵੇ ਤਾਂ ਕਿ ਮੈਂ ਆ ਕੇ ਪੂਰੀ ਪ੍ਰਕਿਰਿਆ ਨੂੰ ਪੂਰੀ ਕਰ ਸਕਾਂ ਤੇ ਇਸ ਦੇ ਲਈ ਉਹਨਾਂ ਨੂੰ ਰਾਹਤ ਤਾਂ ਨਹੀਂ ਮਿਲੀ ਜੀ ਹਾਂ ਕਿ ਉਹ 7 ਦਿਨਾਂ ਦੀ ਮੌਲਤ ਤਾਂ ਨਹੀਂ ਮਿਲੀ ਪਰ ਉਹਨਾਂ ਨੂੰ ਇਹ ਜਰੂਰ ਮਿਲ ਗਿਆ ਕਿ ਤੁਹਾਡੇ ਨਾਮਜ਼ਦਗੀ ਭਰੀ ਜਾਏਗੀ ਤੁਹਾਨੂੰ ਅੰਦਰ ਹੀ ਉਹ ਮੌਕਾ ਦਿੱਤਾ ਜਾਏਗਾ ਔਰ ਇਹ ਦੇ ਲਈ ਪੱਕਾ ਦਾ ਤੌਰ ਤੇ ਹੈ ਜੇਲ੍ਹ ਦੇ ਜਿਹੜੇ ਮੁਖੀ ਨੇ ਜਿਹੜੇ ਸੁਪਰਡੈਂਟ ਨੇ ਖਾਸ ਕਰਕੇ ਜਿਹੜੇ ਸੁਪਰਡੈਂਟ ਦੀ ਜ਼ਿੰਮੇਵਾਰੀ ਪੰਜਾਬ ਦੇ ਹਾਈ ਕੋਰਟ ਨੇ ਤੈਅ ਕੀਤੀ ਹੈ ਕਿ ਭਾਈ ਤੁਹਾਡੀ ਜ਼ਿੰਮੇਵਾਰੀ ਹੈ ਅਮਰਤਪਾਲ ਸਿੰਘ ਦੇ ਕਾਗਜ਼ ਨੋਮੀਨੇਸ਼ਨ ਭਰਵਾਉਣਾ ਫਾਈਲ ਕਰਾਉਣਾ ਤੇ ਉਹਨਾਂ ਨੂੰ ਪੂਰੇ ਰੂਪ ਦੇ ਵਿੱਚ ਕਾਰਵਾਈ ਨਿਬੇੜਨਾ ਤੇ ਇਹ ਕਾਰਵਾਈ ਨੂੰ ਕਿਹਾ ਕਿ ਸੋਮਵਾਰ ਤੱਕ ਨਿਬੜ ਜਾਣੀ ਚਾਹੀਦੀ ਆ ਹੂੰ ਹੂੰ ਜੀ ਸੋਮਵਾਰ ਦਾ ਮਤਲਬ ਹੈ ਕਿ 13 ਤਰੀਕ ਜੀ ਸੋ ਇਸ ਲਈ ਉਸ ਤੋਂ ਬਾਅਦ ਮੰਗਲਵਾਰ ਕਿ ਦਿਨ ਬਣਦਾ ਸੋ 13 ਮਈ ਤੱਕ ਅਮਰਤਪਾਲ ਸਿੰਘ ਦੀ ਨਾਮਜ਼ਦਗੀ ਜੇਕਰ ਸਿਰੇ ਚੜ ਜਾਂਦੀ ਆ ਤਾਂ ਇਹ ਤੋਂ ਬਾਅਦ ਫਿਰ ਤਾਂ ਮਤਲਬ ਚੋਣ ਪ੍ਰਕਿਰਿਆ ਦੇ ਲਈ ਉਹਦੇ ਵਿੱਚ ਆ ਜਾਣਗੇ ਤੇ ਉਹ ਚੋਣ ਲੜਨਗੇ ਪਰ ਆ ਹੁਣ ਅੱਜ ਜੋ ਕੇਜਰੀਵਾਲ ਵਾਲੀ ਘਟਨਾ ਵਾਪਰੀ ਆ ਉਹਦੇ ਵਿੱਚ ਜਿਹੜੇ ਤੱਥ ਸੁਪਰੀਮ ਕੋਰਟ ਦੇ ਹਵਾਲੇ ਨਾਲ ਜੱਜ ਸਾਹਿਬ ਨੇ ਦਿੱਤੇ ਨੇ ਉਸ ਨੂੰ ਆਧਾਰ ਬਣਾ ਕੇ ਕੀ ਅੰਮ੍ਰਿਤਪਾਲ ਨੂੰ ਦੇ ਵਕੀਲ ਫੇਰ ਵਾਖੜ ਕੜਕਾਉਣਗੇ ਕਿ ਜੇ ਜਿਹੜਾ ਬੰਦਾ ਉਮੀਦਵਾਰ ਵੀ ਨਹੀਂ ਹੈਗਾ ਉਹਨੂੰ ਚੋਣ ਪ੍ਰਚਾਰ ਲਈ ਜ਼ਮਾਨਤ ਮਿਲ ਸਕਦੀ ਆ ਇਹ ਤਾਂ ਬੰਦਾ ਉਮੀਦਵਾਰ ਹੈ ਜੀ 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 ਇਸ ਲਈ ਫਿਰ ਇਹ ਨਾ ਹੋਵੇ ਕਿ ਕਿਤੇ ਔਰ ਜਿੰਨੇ ਧਮਤੇ ਅਜੇ ਰਹਿੰਦੀਆਂ ਨੇ ਚੋਣਾਂ ਦੇ ਨਾਮਜ਼ਦਗੀ ਦੀ ਜੇ ਪ੍ਰਕਿਰਿਆ ਰਹਿੰਦੀ ਹੈ ਜਿੱਥੇ ਜਿੱਥੇ ਹਾਂ ਖਾਸ ਕਰਕੇ ਹੁਣ ਤਾਂ ਆਖਰੀ ਗੇੜ ਵਾਲੀ ਹੋ ਰਹਿੰਦੀ ਆ ਫੇਸ ਦੇ ਅਗ੍ਰਿਗੇਟਸ ਕੁਝ ਹੋਰ ਜਿਹੜਾ ਚਾਹੁੰਦੇ ਹੁਣ ਜਮਾਨਤ ਲੈਣੀ ਹੈ ਕਿਸੇ ਨੇ ਤਾਂ ਉਸ ਦਾ ਉਹ ਵੀ ਕਾਗਜ਼ ਭਰਦੇ ਹੀ ਪੈਦ ਕਦਮ ਕਰਨਗੇ ਕਾਗਜ਼ ਭਰਾਉ ਤੇ ਨਾ ਐਦਾਂ ਮੰਨ ਲਓ ਪਰ ਇਹ ਅੱਜ ਕੇਂਦਰੀ ਬਾਲ ਵਾਲਾ ਫਾਰਮੂਲਾ ਕੱਲ ਨੂੰ ਇਸ ਫਾਰਮੂਲੇ ਦੇ ਉੱਤੇ ਲਾਗੂ ਹੋ ਸਕਦਾ ਹੈ ਕਿ ਜੇਕਰ ਇੱਕ ਕੋਸ ਵਿਅਕਤੀ ਨੂੰ ਜਮਾਨਤ ਮਿਲ ਸਕਦੀ ਜਿੰਨੇ ਸਿਰਫ ਚੋਣ ਪ੍ਰਚਾਰ ਕਰਨਾ ਤਾਂ ਜਿਹੜਾ ਖੁਦ ਉਮੀਦਵਾਰ ਹੈ ਉਹਨੂੰ ਮੌਕਾ ਕਿਉਂ ਨਹੀਂ ਜੀ ਦੀਪਕ ਜੀ ਇਸ ਵੇਲੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਆਈਪੀਐਲ ਦੇ ਵਿੱਚ ਗੁਜਰਾਤ ਤੇ ਚੇਨਈ ਦਾ ਕ੍ਰਿਕਟ ਦਾ ਮੈਚ ਚੱਲਦਾ ਪਿਆ ਹੁਣ ਚੇਨਈ ਦੀ ਟੀਮ ਦੇ ਬਾਰੇ ਹਾਂ ਹਨਾ ਚੇਨਈ ਦੀ ਟੀਮ ਬਾਰੇ ਇਹ ਗੱਲ ਕਹੀ ਜਾਂਦੀ ਆ ਵੀ ਕੈਪਟਨ ਭਾਵੇਂ ਰਤੂ ਰਾਜ ਗਾਇਕਵਾੜ ਨੇ ਪਰ ਚਲਦੀ ਥੋਨੀ ਦੀ ਆ ਹੁਣ ਜਿਹੜੀ ਇਸ ਤਰ੍ਹਾਂ ਦੇ ਫਾਰਮੂਲੇ ਨੇ ਇਹ ਸਿਰਫ ਤੇ ਸਿਰਫ ਕ੍ਰਿਕਟ ਜਾਂ ਚੇਨਈ ਦੀ ਟੀਮ ਤੱਕ ਸੀਮਿਤ ਨਹੀਂ ਇਹ ਗੱਲ ਪੰਜਾਬ ਦੀ ਭਾਜਪਾ ਉੱਪਰ ਵੀ ਲਾਗੂ ਹੁੰਦੀ ਨਜ਼ਰ ਆ ਰਹੀ ਆ ਇਹਦਾ ਕਨੈਕਸ਼ਨ ਕਿਵੇਂ ਜੋੜੀਏ ਜੀ ਇਹ ਬਿਲਕੁਲ ਤੁਹਾਡੀ ਗੱਲ درست ਹੈ ਜੀ ਕਿ ਇਸ ਮੌਕੇ ਪੰਜਾਬ ਦੀ ਭਾਜਪਾ ਦੇ ਜਿਹੜੇ ਕਪਤਾਨ ਨੇ ਉਹ ਕਹਿਣ ਨੂੰ ਤਾਂ ਸਰੀਲ ਜਾਖੜ ਨੇ ਹੂੰ ਪਰ ਕਹਿੰਦੇ ਕਪਤਾਨੀ ਅਜੇ ਵੀ ਕੈਪਟਨ ਅਮਰਿੰਦਰ ਸਿੰਘੇ ਕਰੀ ਜਾਂਦੇ ਨੇ ਹੂੰ ਹੂੰ ਸੋ ਇਸ ਲਈ ਇਹ ਕਾਫੀ ਚਰਚਾ ਖਾਸ ਕਰਕੇ ਉਸ ਸਮੇਂ ਤੋਰੀ ਜਦੋਂ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਤਿੰਨ ਟਿਕਟਾਂ ਹੋਰ ਐਲਾਨੀਆਂ ਜੀ ਇਹਦੇ ਵਿੱਚ ਰਵਿੰਦਰ ਖੰਨਾ ਨੂੰ ਰਾਣਾ ਗੁਰਮੀਤ ਛੋਡੀ ਨੂੰ ਇਹਨਾ ਤੇ ਸੁਭਾਸ਼ ਸ਼ਰਮਾ ਹੂੰ ਹੂੰ ਇਹਨਾਂ ਤਿੰਨ ਟਿਕਟਾਂ ਦੇ ਵਿੱਚ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਵੈਸੇ ਦੋ ਦਲ ਬਦਲੂ ਨੇ ਹੁਣ ਹੂੰ ਹੂੰ ਪਰ ਜਿਹੜੀਆਂ ਆ ਤਿੰਨ ਟਿਕਟਾਂ ਇਹਨਾਂ ਦੇ ਵਿੱਚੋਂ ਰਾਣਾ ਗੁਰਮੀਤ ਛੋਟੀ ਨੂੰ ਜਿਸ ਤਰ੍ਹਾਂ ਟਿਕਟ ਮਿਲੀ ਆ ਫਿਰੋਜ਼ਪੁਰ ਤੋਂ ਇਸੇ ਤਰ੍ਹਾਂ ਜਿਵੇਂ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਮਿਲੀ ਆ ਇਹ ਦੋਏ ਬੰਦੇ ਕੈਪਟਨ ਦੇ ਕੋਟੇ ਚਾਉਂਦੇ ਹੂੰ ਕੈਪਟਨ ਅਮਰਿੰਦਰ ਦੇ ਕੋਟੇ ਚਾਉਂਦੇ ਤੇ ਜਦੋਂ ਕਿ ਫਿਰੋਜ਼ਪੁਰ ਤੋਂ ਆਮਲਾ ਨੂੰ ਟਿਕਟ ਚਾਉਂਦੇ ਸੀਗੇ ਹੈਨਾ ਕਿ ਸਿਲ ਜਾਖੜੋਰੀ ਕਿ ਉਹਨੂੰ ਮੈਂ ਭਾਜਪਾ ਚ ਲਿਆਵਾਂ ਤੇ ਭਾਜਪਾ ਵੱਲੋਂ ਉਹਨੂੰ ਟਿਕਟ ਦਵਾਵਾਂ ਤੇ ਇਸ ਚੱਕਰ ਦੇ ਵਿੱਚੋਂ ਤਾਂ ਉਧਰੋਂ ਵੀ ਗਏ ਤੇ ਉਧਰੋਂ ਵੀ ਰਵਿੰਦਰ ਆਮਲਾ ਹੋਰੀ ਪੰਜਾਬ ਜੂਤ ਕਾਂਗਰਸ ਦੇ ਪ੍ਰਧਾਨ ਰਹੇ ਨੇ ਜੀ ਤੇ ਉਹ ਕਾਂਗਰਸ ਵੱਲੋਂ ਟਿਕਟ ਦੇ ਪੂਰੇ ਜ਼ਾਬੇਦਾਰ ਸੀਗੇ ਗਰੰਟੀ ਸੀਗੀ ਉਧਰ ਟਿਕਟ ਪੱਕੀ ਆ ਪਰ ਕਾਂਗਰਸ ਨੂੰ ਡਰ ਲੱਗਦਾ ਸੀ ਕਿ ਇਹ ਨਾ ਹੋਵੇ ਕਿ ਸਣੀ ਟਿਕਟ ਚਲਾ ਜਾਵੇ ਕਿਤੇ ਹਾਂ ਜਿਵੇਂ ਹੁਸ਼ਿਆਰਪੁਰ ਚ ਪੀਐਸਪ ਵਾਲਾ ਆਪੀਐਸਪ ਵਾਲਾ ਉਮੀਦਵਾਰ ਕਰ ਗਿਆ ਜਾਂ ਜਲੰਧਰ ਦੇ ਵਿੱਚ ਸ਼ਿਰ ਰਿੰਕੂ ਕਰ ਗਿਆ ਹੂੰ ਕਿ ਟਿਕਟ ਲੈਣ ਤੋਂ ਬਾਅਦ ਦੂਏ ਪਾਸੇ ਉਹਨਾਂ ਨੂੰ ਲੱਗਦਾ ਸੀ ਕਿ ਕਿਤੇ ਆਮਲਾ ਐ ਨਾ ਕਰੇ ਇਸ ਲਈ ਉਧਰੋਂ ਕਾਂਗਰਸ ਨੇ ਤਾਂ ਨਹੀਂ ਦਿੱਤੀ ਪਰ ਇਧਰ ਹੁਣ ਜਦੋਂ ਰਾਣਾ ਗੁਰਮੀਤ ਛੋਡੀ ਨੂੰ ਮਿਲ ਗਈ ਤਾਂ ਇਧਰੋਂ ਵੀ ਛੁੱਟੀ ਹੋ ਗਈ ਮਤਲਬ ਦੋ ਕਰਾਂ ਦਾ ਪਰੋਣਾ ਗਈ ਮੇਰੇ ਭੁੱਖਾ ਰਹਿ ਜਾਂਦਾ ਫਿਰ ਹੂੰ ਉਸ ਮਾਸਲੇ ਦੇ ਉੱਤੇ ਇਹ ਹੈ ਕਿ ਇਹਦਾ ਮਤਲਬ ਜਾਖੜ ਦੀ ਉੱਥੇ ਨਹੀਂ ਚੱਲੀ ਕੈਪਟਨ ਦੀ ਚੱਲ ਗਈ ਹੂੰ ਚਾਹੇ ਦੋਏ ਵਿਅਕਤੀ ਜਾਖੜ ਤੇ ਛੋਡੀ ਦੋਏ ਕੈਪਟਨ ਦੇ ਖਾਸ ਮੰਨੇ ਜਾਂਦੇ ਰਹੇ ਹੂੰ ਹੂੰ ਦੋਏ ਉਹਨਾਂ ਦੇ ਗਰੁੱਪ ਦੇ ਮੰਨੇ ਜਾਂਦੇ ਰਹੇ ਪਰ ਦੋਵਾਂ ਚ ਆਪਸ 36 ਦਾ ਅੰਕੜਾ ਸੀ ਜੀ ਤੇ ਅੱਜ ਜੇ ਰਾਣਾ ਗੁਰਮੀਤ ਨੂੰ ਟਿਕਟ ਮਿਲ ਵੀ ਗਈ ਤਾਂ ਵੀ ਉਹਨੂੰ ਪਤਾ ਕਿ ਉਹ ਹਲਕੇ ਦੇ ਵਿੱਚ ਮੈਨੂੰ ਜਾਖੜ ਦੀ ਜ਼ਰੂਰਤ ਪੈਣੀ ਆ ਹੂੰ ਤੇ ਕਹਿੰਦੇ ਟਿਕਟ ਵੀ ਪੱਕੀ ਕਰਾ ਕੇ ਕੈਪਟਨ ਤੇ ਆਪਣੇ ਘਰੇ ਬੈਠ ਕੇ ਜਾਖੜ ਨੂੰ ਮਰਾ ਵੀ ਗਏ ਕਹਿੰਦੇ ਜੀ ਕਹਿੰਦੇ ਜਾਖੜ ਨੂੰ ਪਹਿਲਾਂ ਮਨਾ ਕੇ ਤੇ ਆਪਸ ਵਿੱਚ ਮਲਾ ਕੇ ਕਹਿੰਦੇ ਫਿਰ ਹੀ ਅੱਗੇ ਭਲੇ ਹੁਣ ਇਸ ਗੱਲ ਨੇ ਫਿਰ ਜ਼ੋਰ ਫੜ ਲਿਆ ਕਿ ਇੱਕ ਵਾਰ ਫਿਰ ਕੈਪਟਨ ਨੇ ਆਪਣੀ ਚਾਲ ਤੇ ਆਪਣਾ ਦਬਦਬਾ ਭਾਜਪਾ ਚ ਵੀ ਦਿਖਾਤਾ ਤੇ ਪਰ ਇਸ ਗੱਲੋਂ ਭਾਜਪਾਈ ਬਹੁਤ ਨਰਾਸ਼ ਤੇ ਨਿਰਾਸ਼ ਨੇ ਆਪਾਂ ਕਿੰਨੀ ਵਾਰ ਇਸ ਪਿੰਨੂ ਤੇ ਗੱਲ ਕੀਤੀ ਹਮਮ ਵਿਜੇ ਜੀ ਕਿ ਇਸ ਵਾਰ 12 ਉਮੀਦਵਾਰਾਂ ਚੋਂ 9 ਉਮੀਦਵਾਰ ਭਾਜਪਾ ਦੇ ਬਾਹੀ ਨੇ ਜੀ ਤੇ ਫਿਰ ਭਾਜਪਾ ਦੇ ਵਰਕਰ ਤੋਂ ਜਾਣ ਕਿਵੇਂ ਪਊਗੀ ਇਹਦਾ ਇੱਕ ਪਹਿਲੂ ਹੋਰ ਸਾਹਮਣੇ ਆਇਆ ਹੂੰ ਹੂੰ ਇੱਕ ਗਰੁੱਪ ਹੈ ਭਾਜਪਾ ਦਾ ਜਿਹੜਾ ਆਪਣੇ ਆਪ ਨੂੰ ਟਕਸਾਲੀ ਭਾਜਪਾਈ ਕਹਾਉਂਦਾ ਹੂੰ ਕਿ ਅਸੀਂ ਤਾਂ ਪੀੜੀਆਂ ਦਾ ਪੀੜੀਆਂ ਹਣ ਭਾਜਪਾਈ ਨੂੰ ਸਮਰਪਤ ਆ ਕਿ ਸਾਡੇ ਤਾਂ ਜੇ ਅੰਡਰ ਗਵਰਨਮੈਂਟਸ ਵੀ ਦੇਖੋਗੇ ਉਹ ਵੀ ਐ ਭਾਜਪਾਈ ਰੰਗ ਚ ਰੰਗੇ ਹੋਏ ਨੇ ਨਾ ਇਹ ਹੀ ਹਾਲਤ ਹੈ ਸੋ ਉਹ ਲੀਡਰਾਂ ਦਾ ਉਹ ਗਰੁੱਪ ਹੀ ਸਿਆਸੀ ਤੌਰ ਤੇ ਖਤਮ ਹੋ ਗਿਆ ਸਿਆਸੀ ਤੌਰ ਤੇ ਉਹਨਾਂ ਦਾ ਪੋਕ ਪੈ ਗਿਆ ਜੀ ਤੁਹਾਡੇ ਧਿਆਨ ਚ ਆਉਂਦਾ ਹੁਣ ਅਬਨਾਸ਼ ਰਾਏ ਖੰਨਾ ਜੀ ਤੁਹਾਡੇ ਧਿਆਨ ਚ ਆਉਂਦਾ ਹੋਵੇਗਾ ਵੀ ਜੇ ਸਾंपਲਾ ਤੁਹਾਡੇ ਧਿਆਨ ਚ ਆਏਗਾ ਹਰਜੀਤ ਸਿੰਘ ਗਰੇਆ ਜੀ ਤੁਹਾਡੇ ਧਿਆਨ ਚ ਆਉਂਦੇ ਹੋਣਗੇ ਜੀ ਵੀ ਜੇ ਸਾंपਲਾ ਦੇ ਨਾਲ ਜੀ ਅਜੀਤ ਸਰਜੀਤ ਜਿਆਣੀ ਜੀ ਹੁਣ ਇਸ ਮੌਕੇ ਇਹ ਗਰੁੱਪ ਪੂਰਾ ਸਿਆਸੀ ਭੋਗ ਪੈ ਗਿਆ ਤੁਸੀਂ ਇਹ ਦੇਖੋ ਕਿ ਅਵਨਾਸ਼ ਰਾਏ ਖੰਨਾ ਅਨੰਦਪੁਰ ਸਭ ਤੋਂ ਟਿਕਟ ਦੇ ਦਾਵੇਦਾਰ ਸੀ ਉਥਾਂ ਤੇ ਸੁਭਾਸ਼ ਸ਼ਰਮਾ ਨੂੰ ਟਿਕਟ ਮਿਲ ਗਈ ਬਾਹਰ ਹੋ ਗਏ ਵੀ ਜੇ ਸਾंपਲਾ ਦਾਵੇਦਾਰ ਸੀ ਟਿਕਟ ਦੇ ਹਿਸ਼ਾਰਪੁਰ ਤੋਂ ਹੈ ਪਰ ਉਹ ਬਾਹਰ ਹੋ ਗਏ ਉਹਨਾਂ ਨੂੰ ਵੀ ਟਿਕਟ ਨਹੀਂ ਮਿਲੀ ਸੋਮ ਪ੍ਰਕਾਸ਼ ਦੇ ਘਰ ਵਾਲੀ ਨੂੰ ਟਿਕਟ ਮਿਲ ਗਈ ਜੀ ਸਰਜੀਤ ਜਿਆਣੀ ਫਰੋਜਪੁਰ ਤੋਂ ਭਾਜਪਾ ਦੀ ਟਿਕਟ ਦੇ ਦਾਅਵੇਦਾਰ ਸੀ ਪਰ ਕੈਪਟਨ ਨਮਿੰਦਰ ਰਾਣਾ ਗੁਰਮੀਤ ਛੋੜੀ ਨੂੰ ਟਿਕਟ ਦੇ ਮੌਨ ਚ ਕਾਮਯਾਬ ਹੋ ਗਏ ਹੈ ਤੇ ਅਰਜੀਤ ਗਰੇ ਵਾਲਾ ਕਹਿੰਦਾ ਜੀ ਮੈਂ ਤਾਂ ਸਭ ਤੋਂ ਵੱਧ ਛਿੰਦਾ ਬਰਦਾਸ਼ੀ ਮੈਨੂੰ ਤਾਂ ਕਿਸੇ ਹੱਥ ਕੇ ਚ ਦਾਅਵੇਦਾਰ ਵੀ ਨਹੀਂ ਮੰਨਿਆ ਗਿਆ ਸੋ ਇਹ ਗਰੁੱਪ ਇੱਕ ਤਰ੍ਹਾਂ ਨਾਲ ਕਿਨਾਰੇ ਕਰ ਦਿੱਤਾ ਗਿਆ ਸੋ ਇਹ ਲਗਭਗ ਭਾਜਪਾ ਦੇ ਜਿਹੜੇ ਟਕਸਾਲੀ ਭਾਜਪਾ ਨੂੰ ਮਹਿਸੂਸ ਕਰ ਰਹੇ ਨੇ ਕਿ ਸਾਡੇ ਉੱਤੇ ਫਿਰ ਉਹਨਾਂ ਦਾ ਹੀ ਦਬਾਅ ਆ ਗਿਆ ਜਿਨ੍ਹਾਂ ਤੋਂ ਛਡਕਾਰਾ ਪਾਉਣ ਲਈ ਅਸੀਂ ਕੱਲਿਆਂ ਲੜਨਾ ਚਾਹੁੰਦੇ ਸੀ ਜੀ ਸੋ ਇਹਦਾ ਅਸਰ ਕਿੰ세 ਤੱਕ ਜਾਊਗਾ ਇਹ ਦੇਖਣ ਵਾਲੀ ਗੱਲ ਆ ਪਰ ਫਿਲਹਾਲ ਇਹ ਲੱਗ ਰਿਹਾ ਕਿ ਭਾਜਪਾ ਦਾ ਭਾਜਪਾ ਹੀ ਜਾਖੜ ਦੀ ਵੀ ਨਹੀਂ ਚੱਲਦੀ ਅਸਟਾ ਕੈਪਟਨ ਦੀ ਚੱਲਦੀ ਹੈ ਜੀ ਅੱਛਾ ਤੁਸੀਂ ਦੋ ਤਿੰਨ ਦਿਨ ਪਹਿਲਾਂ ਦੱਸਿਆ ਸੀ ਜੀ ਵੀ ਅੱਜ ਕਿਉਂਕਿ ਅਕਸ਼ੇ ਤ੍ਰਿਤੀਆ ਦੀ ਤਾਰੀਖ ਹੈ ਤੇ ਬੜਾ ਇਹ ਵਧੀਆ ਦਿਨ ਹਾ ਸ਼ੁਭ ਮੂਰਤ ਮੰਨਿਆ ਜਾਂਦਾ ਵੇ ਕਈਆਂ ਨੇ ਆਪਣੇ ਨਾਮਜ਼ਦਗੀ ਦੇ ਪੇਪਰ ਅੱਜ ਫਾਈਲ ਕਰਨੇ ਨੇ ਤੇ ਜਿਹੜਾ ਉਹ ਨੰਬਰ ਹੈ ਪਿਛਲੇ ਦਿਨਾਂ ਸੀ ਵੀ 10 ਜਾਨੇ ਹੋ ਸਕਦਾ ਵੀ ਆਪਣਾ ਨੰਬਰ ਆਪਣਾ ਜਿਹੜੇ ਨਾਮਜ਼ਦਗੀ ਦੇ ਪੇਪਰ ਫਾਈਲ ਕਰ ਕਿੰਨਿਆਂ ਕਨੇ ਫਾਈਲ ਕੀਤੇ ਜੀ ਅੱਜ ਆਪਾਂ ਉਸ ਦਿਨ ਗੱਲ ਕਰ ਰਹੇ ਸੀ ਕਿ ਕਿ ਭਾਜਪਾ ਦੇ ਵਿੱਚ 6 ਉਮੀਦਵਾਰਾਂ ਨੇ ਅੱਜ ਤੱਕ ਇਹਨੇ ਚੁਣਿਆ ਤੇ ਕਾਂਗਰਸ ਦੇ ਵਿੱਚ 6 ਉਮੀਦਵਾਰਾਂ ਨੇ ਅੱਜ ਦਾ ਹੀ ਚੁਣਿਆ ਤੇ ਉਹਦੇ ਹਿਸਾਬ ਨਾਲ ਵੀ ਦਰਜਨਤਾ ਇਹ ਬਣਦੀ ਹੈ ਦਰਜ ਹਾਂ ਜੀ ਪਰ ਉਹ ਤੋਂ ਬਿਨਾ ਆਜ਼ਾਦ ਜਿਹੜੇ ਹੈਗੇ ਜਾਂ ਹੋਰ ਪਾਰਟੀਆਂ ਨੇ ਹੈ ਕਿ ਮੈਂ ਉਹ ਨਹੀਂ ਗਿਣਦਾ ਪਰ ਜਿਹੜੀ ਮੁਖਤਾਰ ਵਾਲੀਆਂ ਪਾਰਟੀਆਂ ਨੇ ਜਿਹੜੀਆਂ ਰਾਸ਼ਟਰੀ ਪਲੇਟਫਾਰਮ ਤੇ ਦਿਖਦੀਆਂ ਨੇ ਕਿ ਆਏ ਪਾਰਟੀਆਂ ਜਿਗੀਆਂ ਨੇ ਜੇਕਰ ਮੈਂ ਉਹਨਾਂ ਦੀ ਗੱਲ ਕਰਾਂ ਤਾਂ 12 ਇਹ ਤੋਂ ਇਲਾਵਾ 6 ਹੋਰ ਇਹ ਜੇ ਨਾਮੀ ਉਮੀਦਵਾਰ ਨੇ ਅੱਜ ਦੇ ਦਿਨ 18 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਹੂੰ ਹੂੰ 18 ਚੋਂ ਸਭ ਤੋਂ ਵੱਧ ਤੁਸੀਂ ਜੇਕਰ ਗੱਲ ਕਰੋਂ ਜਲੰਧਰ ਜਲੰਧਰ ਹਲਕੇ ਤੋਂ ਹੀ 4 ਉਮੀਦਵਾਰਾਂ ਨੇ ਅੱਜ ਕਾਗਜ਼ ਦਾਖਲ ਕੀਤੇ ਹੂੰ ਹੂੰ ਜਲੰਧਰ ਤੋਂ ਹੀ ਤੁਸੀਂ ਇਹ ਦੇਖੋ ਕਿ ਜਲੰਧਰ ਤੋਂ ਹੀ ਮਤਲਬ ਸ਼ੀਲ ਰਿੰਕੂ ਭਾਜਪਾ ਪਾਰਟੀ ਵੱਲੋਂ ਕਾਗਜ਼ ਢਾਕਲ ਕਰਦੇ ਨੇ ਮੈਂ ਚਰਨਜੀਤ ਚੰਨੀ ਅੱਜ ਜਲੰਧਰ ਵੱਲੋਂ ਕਾਗਜ਼ ਢਾਕਲ ਕਰਦੇ ਨੇ ਇਸੇ ਤਰ੍ਹਾਂ ਜਲੰਧਰ ਸੀਟ ਤੋਂ ਹੀ ਜੇਕਰ ਤੁਸੀਂ ਗੱਲ ਕਰੋਂ ਤਾਂ ਜਿਹੜੇ ਦੂਸਰੇ ਉਮੀਦਵਾਰ ਨੇ ਆਪਣਾ ਅਕਾਲੀ ਦਲ ਦੇ ਉਹਨਾਂ ਨੇ ਵੀ ਅੱਜੇ ਕਾਗਜ਼ ਢਾਕਲ ਕੀਤੇ ਹੈਨਾ ਇਸੇ ਤਮਿੰਦਰ ਕੇਪੀ ਉਹਨਾਂ ਨੇ ਇਸੇ ਤਰ੍ਹਾਂ ਬਹੁਜ ਸਮਾਜ ਪਾਰਟੀ ਦੇ ਵਰਿੰਦਰ ਕੁਮਾਰ ਹੁਰੀ ਉਹਨਾਂ ਨੇ ਵੀ ਅੱਜੇ ਕਾਗਜ਼ ਢਾਕਲ ਕੀਤੇ ਸੋ ਇਸ ਤਰ੍ਹਾਂ ਇਹ ਸੂਚੀ ਲੰਬੀ ਹੁੰਦੀ ਗਈ ਤੇ ਦੂਸਰੇ ਪਾਸੇ ਬਠਿੰਡਾ ਚ ਵੀ ਇਸੇ ਤਰ੍ਹਾਂ ਜੀ ਗਰਮੀਤ ਖੁੱਡੀਆਂ ਨੇ ਵੀ ਆਵਾਦੀ ਪਾਰਟੀ ਵਾਲੇ ਅੱਜੇ ਦਾਖਲ ਕੀਤੇ ਹੈ ਬੀਬੀ ਪਰਮਪਾਲ ਕੋਰ ਸਿੱਧੂ ਹੋਰਾਂ ਨੇ ਭਾਜਪਾ ਵਾਲੇ ਨੇ ਵੀ ਅੱਜੇ ਦਾਖਲ ਕੀਤੇ ਤੇ ਬਠਿੰਡਾ ਤੋਂ ਜੀਤਮਿੰਦਰ ਸਿੱਧੂ ਨੇ ਵੀ ਅੱਜੇ ਦਾਖਲ ਕੀਤੇ ਸੋ ਇਸ ਤਰ੍ਹਾਂ ਇਹ ਲੰਬੀ ਲਿਸਟ ਹੈ ਰਾਜਕਮਰ ਚੱਬੇ ਵਾਲ ਵੀ ਅੱਜ ਇੱਕ ਕਾਗਜ਼ੀ ਦਾਖਲ ਕਰ ਰਹੇ ਨੇ ਜਮਨੀ ਗੋਮਰ ਹੋਰ ਵੀ ਅੱਜ ਇੱਕ ਕਾਗਜ਼ੀ ਦਾਖਲ ਕਰ ਰਹੇ ਨੇ ਸੋ 6 ਉਮੀਦਵਾਰ ਭਾਜਪਾ ਦੇ ਮਖਵਾ ਖਲਕਿਆਂ ਤੋਂ 6 ਉਮੀਦਵਾਰ ਕਾਂਗਰਸ ਦੇ ਤੇ ਇਸ ਤੋਂ ਇਲਾਵਾ 6 ਉਮੀਦਵਾਰ ਹੋਰ ਯੋਨਨਾਜ ਬਾਕੀ ਦਾਖਲ ਕੀਤੇ ਨੇ ਸੋ ਇਸ ਤਰ੍ਹਾਂ 18 ਉਮੀਦਵਾਰਾਂ ਨੇ ਅੱਜ ਇਹ ਅਕਸ਼ਰੇ ਤੀ ਅਕਸ਼ਰ ਤੀਜ ਦਾ ਅਕਸ਼ਰੇ ਤੀਜ ਦਾ ਜਾਂ ਨਾ ਅਕਸ਼ਰੇ ਤ੍ਰਿਤੀ ਅਜ ਨੂੰ ਕਹਿੰਦੇ ਆਪਾਂ ਉਹਦੇ ਸ਼ੁੱਧ ਮਹੂਰਤ ਦਾ ਪੰਡਤ ਪਾਦੇ ਵੱਲੋਂ ਪੁੱਛੇ ਗਏ ਦਿੱਤ ਦਾ ਇਹ ਉਦਾ ਅਸਰ ਸੀ ਕਿ ਸਾਰਿਆਂ ਨੂੰ ਲੱਗਦਾ ਹੁਣ ਕਿ ਆਪਾਂ ਸਾਰੇ ਅੱਜ ਦਾ ਦਿਨ ਜਿਗਾ ਕੇ ਦਾਖਲ ਕਰਾਂਗੇ ਤੇ ਜਿੱਤ ਜਕੀਨੀ ਬਣਾ ਲਾਂਗੇ ਜੀ ਸੋ ਅੱਜ ਦੌੜ ਰਹੀ ਜੀ ਤੇ ਸ਼ਹਿਰ ਦੇ ਵਿੱਚ ਹੁਣ ਜਲੰਧਰ ਸ਼ਹਿਰ ਦਾ ਹਾਲ ਦੇਖ ਰੋਕੀ ਹੋਇਆ ਹਣਾ ਜਦੋਂ ਚਾਰ ਰੋਡ ਸ਼ੋਅ ਹੋਏ ਹੋਣੇ ਜੀ ਚਾਰਾਂ ਦੇ ਸ਼ਕਤੀ ਪ੍ਰਦਰਸ਼ਨ ਹੋਏ ਹੋਣੇ ਹੈ ਨਾ ਉਸ ਦਾ ਕੀ ਆਲੂਗਾ ਬਠਿੰਡੇ ਚ ਜਦੋਂ ਦੋ ਦੋ ਤਿੰਨ ਤਿੰਨ ਉਮੀਦਵਾਰ ਨਿਕਲੇ ਹੋਣੇ ਅੱਜ ਦੇਖੋ ਕਿ ਬਠਿੰਡੇ ਦੀ ਕੀ ਸਥਿਤੀ ਹੋਣੀ ਸੋ ਇਸ ਪਹਿਲੂ ਤੇ ਪੰਜਾਬ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਚੋਣਾਂ ਦੇ ਦੌਰਾਨ ਜੀ ਦੁਕਾਨਦਾਰ ਬੜਕ ਬਹੁਤ ਨਾਰਾਜ਼ ਚੱਲ ਰਿਹਾ ਹੈ ਹਮਮ ਖਾਸ ਕਰਕੇ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਜਾਣਾ ਹੁੰਦਾ ਜੀ ਮੁੱਖ ਮੰਤਰੀ ਸਾਹਿਬ ਦੇ ਰੋਡ ਸ਼ੋਅ 'ਚ ਜਿੰਨੀ ਯਾਤਰਾ ਨੇ ਉਸ ਤੋਂ ਬਾਅਦ ਪੁਲਿਸ ਲਾ ਦਿੰਦਿਆ ਪਹਿਲਾਂ ਹੀ ਹਮ ਅੱਜ ਚੰਡੀਗੜ੍ਹ ਚ ਭਰਨਾ ਸੀ ਭਾਜਪਾ ਦੇ ਉਮੀਦਵਾਰ ਨੇ ਤਾਂ 메ਨ ਸੜਕਾਂ ਬੰਦ ਕਰਤੀਓ ਮਤਲਬ ਜਿਹੜੇ ਬੋਰਡਰ ਦੇ ਸਾਰੇ ਬੰਨਣਾ ਚਾਹੁੰਦੇ ਹੋ ਤੁਸੀਂ ਤੁਹਾਨੂੰ ਉਹਨਾਂ ਦੇ ਹੱਕ ਹਕੂਕ ਤਾਂ ਵੀ ਫਿਕਰ ਨਹੀਂ ਹੂੰ ਤੁਸੀਂ ਕਾਗਜ਼ ਦਾਖਲ ਕਰਨਾ ਜਾਓ ਚੁੱਪ ਕਰਕੇ ਹੁਣ ਫੋਟੋ ਚ ਚਾਰ ਜਣੇ ਖੜਨਗੇ ਕਿਹਾਂ ਚੋਣ ਕਮਿਸ਼ਨ ਦੀ ਹਦਾਇਤ ਹੈ ਪਰ ਫਰੇਮ ਤੋਂ ਬਾਹਰ ਜਿੰਨੀ ਜਨਤਾ ਲੱਖਾਂ ਜਨਤਾ ਨਾਲ ਲਈ ਫਿਰਦੇ ਹਜ਼ਾਰਾਂ ਲੋਕਾਂ ਨਾਲ ਫਿਰਦੇ ਪਹਾੜੇ ਦੇ ਲੋਕਾਂ ਨਾਲ ਟੋਨੇ ਉਹਦਾ ਕੌਣ ਕਰੂਗਾ ਹੂੰ ਢੋਲ ਬਾਜੇ ਸਾਰਾ ਕੁਝ ਉਹਦਾ ਕੌਣ ਕਰੂਗਾ ਸੋ ਇਸ ਲਈ ਇਸ ਚੋਣ ਪ੍ਰਕਿਰਿਆ ਨੂੰ ਸਾਨੂੰ ਜਦੋਂ ਤੱਕ ਮੁੱਦਿਆਂ ਤੇ ਨਹੀਂ ਲਿਆਉਂਦੇ ਤਦ ਤੱਕ ਇਹ ਸ਼ਕਤੀ ਪ੍ਰਦਰਸ਼ਨ ਹੁੰਦੇ ਰਹਿਣਗੇ ਚਲੋ ਅੱਜ 18 ਨੇ ਤੇ ਰਹਿੰਦੇ ਹੁੰਦੇ ਕੱਲ ਨੂੰ ਵੀ ਕਰਨਗੇ ਕੁਝ ਤੇ ਉਸ ਤੋਂ ਬਾਅਦ ਫਿਰ 100 ਵਾਰ ਤੇ ਮੰਗਲਵਾਰ ਇਹ ਵਚਣਾ ਉਸ ਦਿਨ ਖਾਸੀ ਭਾਜਣਾ ਠੋਣੀ 14 ਤਰੀਕਾ ਆਖਰੀ ਤਰੀਕਾ ਜੀ ਨਾਮਜ਼ਦ ਕੀਤੇ ਮੁੱਦੇ ਦੀ ਪਗੜੀ ਕਈ ਨਹੀਂ ਅਸੀਂ ਪਹਿਲਾਂ ਵੀ ਚਲੋ ਇਹ ਗੱਲ ਕਰਦੇ ਰਹੇ ਆਂ ਵੀ ਜਦੋਂ ਵੀ ਕੋਈ ਗੱਲ ਹੁੰਦੀ ਆ ਉਦੋਂ ਜਿਹੜੇ ਕੋਈ ਇਸ਼ੂਜ਼ ਨੇ ਇਸ਼ੂਜ਼ ਦੀ ਗੱਲ ਹੀ ਨਹੀਂ ਹੁੰਦੀ ਹੋਰ ਹੀ ਕੋਈ ਜੁਮਲੇ ਚੱਲ ਪੈਂਦੇ ਨੇ ਇੱਕ ਰਿਪੋਰਟ ਆਈ ਸਾਹਮਣੇ ਵੀ ਭਾਰਤ ਦੇ ਵਿੱਚ 80% ਆਬਾਦੀ ਅਜਿਹੇ ਇਲਾਕੇ ਚ ਰਹਿੰਦੀ ਆ ਜਿਹੜਾ ਵਾਤਾਵਰਣ ਵਿੱਚ ਆ ਰਹੀ ਤਬਦੀਲੀ ਕਰਕੇ ਜੋ ਉੱਥੇ ਰਹਿਣਾ ਮੁਸ਼ਕਲ ਹੋਣਾ 80% ਆਬਾਦੀ ਅਜਿਹੇ ਅਜਿਹੇ ਏਰੀਆਸ 'ਚ ਹੈ ਇੰਡੀਆ 'ਚ ਜਿਹਨੂੰ ਕਲਾਈਮੇਟ ਚੇਂਜ ਦਾ ਸਿੱਧਾ ਪ੍ਰਭਾਵ ਪੈਣਾ ਉਹਦੇ باوجود ਇਹਨਾਂ ਕੇਂਦਰੀ ਚੋਣਾਂ ਦੇ ਵਿੱਚ ਕਲਾਈਮੇਟ ਚੇਂਜ ਦੀ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ ਜੀ ਹੋਰ ਵੀ ਇਸ਼ੂਜ਼ ਪਾਸੇ ਹੀ ਨੇ ਨਹੀਂ ਨਹੀਂ ਕਲਾਈਮੇਟ ਚੇਂਜ ਦੀ ਜਿਹੜੇ ਵਾਤਾਵਰਣ ਦੀ ਗੱਲ ਕਰਕੇ ਨਹੀਂ ਰਾਜੀ ਹੂੰ ਇਹ ਸਾਰਾ ਉਹਦਾ ਹੀ ਪ੍ਰਭਾਵ ਹੈ ਨਾ ਜੀ ਜੀ ਜਿਹੜੇ ਹਵਾ ਪਾਣੀ ਦੀ ਗੱਲ ਮਤਲਬ ਕਿਹੜਾ ਦਿਨ ਆਇਆ ਪੰਜਾਬ ਦੇ ਵਿੱਚ ਜਦੋਂ ਅਸੀਂ ਪਵਨ ਗੁਰੂ ਪਾਣੀ ਪਿਤਾ ਧਰਤ ਮਾਤ ਦੀ ਜ਼ਿਕਰ ਨਹੀਂ ਕਰਦੇ ਆ ਜੀ ਹੈਨਾ ਹਰ ਰੋਜ਼ ਹਰ ਪਿੰਡ 'ਚ ਜੇ ਚਾਰ ਗੁਰੂ ਘਰ ਨੇ ਤਾਂ ਚਾਰ ਗੁਰੂ ਘਰਾਂ ਦਾ ਸਪੀਕਰ ਤੋਂ ਤਾਂ ਬੋਲ ਸੁਣਦੇ ਆ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾ ਜੀ ਪਰ ਅਸੀਂ ਇਸ ਨੂੰ ਪਰਨਾਇਆ ਕੱਦ ਇਸ ਨੂੰ ਅਪਣਾਇਆ ਕੱਦ ਇਸ ਅਨਸਾਰ ਚੱਲੇ ਕੱਦ ਜੀ ਮਤਲਬ ਉਹ ਇਹ ਤਾਂ ਹੀ ਗੱਲਾਂ ਨਿਕਲਣਗੇ ਕਿ ਅਸੀਂ ਬਾਬੇ ਨਾਨਕ ਨੂੰ ਤਾਂ ਮੰਨਦੇ ਆ ਪਰ ਬਾਬੇ ਨਾਨਕ ਦੀ ਨਹੀਂ ਮੰਨਦੇ ਜੀ ਜੇ ਉਹਨਾਂ ਦੀ ਮੰਨੀ ਹੁੰਦੀ ਤਾਂ ਅੱਜ ਅਸੀਂ ਇਹ ਸੰਕਟਨਾ ਹੁੰਦੀ ਕਿ ਅਗਲੇ ਪਈ ਅਗਲੀਆਂ ਪੀੜ੍ਹੀਆਂ ਲਈ ਪਾਣੀ ਵੀ ਨਹੀਂ ਬਚਣਾ ਹੂੰ ਜਾਂ ਪਾਣੀ ਵੀ ਇੰਡਕਟਰ ਲਿਖ ਕੇ ਦਿਆ ਕਰਨਗੇ ਕਿ ਆਹ ਬ੍ਰਾਂਡ ਦੇ ਪੀਣਾ ਹੋਊਗਾ ਜੀ ਤੁਹਾਨੂੰ ਹੂੰ ਤਾਂ ਤੁਸੀਂ ਤੁਹਾਡੇ ਇੰਨੇ ਵੀ ਨਿਰੰਗਣ ਸੋ ਇਹ ਸਥਿਤੀ ਜਦੋਂ ਅਸੀਂ ਆ ਗਏ ਆਪਾਂ ਕਿਹਦੇ ਪਾਣੀਆਂ ਦੀ ਪੂਰੀ ਰਿਪੋਰਟ ਦੇ ਬਰਨਾਂ ਗੱਲ ਕੀਤੀ ਸੀ ਜੀ 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 ਹੈਨਾ ਕਿ ਕਿਵੇਂ ਸਾਡਾ ਧਰਤੀ ਹੇਟਲਾ ਪਾਣੀ ਘਟ ਵੀ ਰਿਹਾ ਸੋ ਇਸ ਲਈ ਸਰਕਾਰਾਂ ਦੇ ਲਈ ਜਦੋਂ ਇਹ ਮੁੱਦੇ ਨਹੀਂ ਗੇ ਹੂੰ ਹੈ ਤੇ ਹੋਰ ਹੋਰ ਸਰਕਾਰਾਂ ਚੁਣਨੀਆਂ ਕਾਦੇ ਲਈ ਹੂੰ ਬਿਲਕੁਲ ਨਹੀਂ ਜੇ ਮੁੱਦਿਆਂ ਤੋਂ ਹੀ ਧਿਆਨ ਹਟਾ ਕੇ ਤੁਸੀਂ ਮਤਲਬ ਸਿਰਫ ਤਾਨੇ ਮਿਹਣਿਆ ਤੇ ਇਹ ਤਾਂ ਲੀਡਰਾਂ ਦੀ ਬਿਆਨਬਾਜ਼ੀ ਹੈ ਜਿਵੇਂ ਨਾਨਕਾ ਮੇਲ ਜਦੋਂ ਆਉਂਦਾ ਨਾ ਸਿੱਠਣੀਆਂ ਦਿੰਦੇ ਨੇ ਹੁਣ ਉਹ ਜਵਾਬਤਨਪੀਆ ਕਿ ਤੂੰ ਅਵਾਨੀ ਡਾਲੀ ਦਾ ਨਾਮ ਲੇਂਗਾ ਤਾਂ ਮੈਂ ਵੀ ਵਾਲੀ ਡਾਲੀ ਦਾ ਨਾਮ ਲਵਾਂਗਾ ਤੂੰ ਮੈਨੂੰ ਕਹਿੰਗਾ ਟੈਂਪੂ ਭਰ ਕੇ ਲੈ ਆ ਰ ਮੈਂ ਕਹੂੰਗਾ ਨਹੀਂ ਤੁਹਾਡੇ ਕੋਲ ਆਉਂਦੇ ਹੋਣਗੇ ਸੋ ਐਂ ਜਦੋਂ ਸਿੱਠਣੀਆਂ ਤੇ ਆ ਗਏ ਤੇ ਉਹਦੇ ਵਿੱਚ ਲੋਕਾਂ ਨੂੰ ਸੁਆਦ ਆਉਂਦਾ ਅਸੀਂ ਕੰਨ ਦਾਸ ਦੇ ਆਦੀ ਹਾਂ ਪ੍ਰੋਬਲਮ ਹੈ ਸਾਨੂੰ ਕੰਨ ਦਾਸ ਦਾ ਸੁਆਦ ਪੈ ਗਿਆ ਸਾਨੂੰ ਇਹ ਲੱਗਦਾ ਕਿ ਜਿਹੜਾ ਲੀਡਰ ਵਧੀਆ ਭਾਡਨ ਦਿੰਦਾ ਉਹ ਸ਼ਰ ਲੀਡਰ ਵੀ ਵਧੀਆ ਹੋਊਗਾ ਹਮ ਸੋ ਅਸੀਂ ਉਸ ਚੀਜ਼ ਦਾ ਭੁਗਤ ਭੋਗੀ ਬਣ ਗਏ ਕੋਈ ਲੋਕਾਂ ਦੀ ਗੱਲ ਨਹੀਂ ਜੇ ਪਤਾ ਵੀ ਹੈ ਤਾਂ ਵੀ ਅਣਜਾਣ ਬਣ ਜਾਂਦੇ ਨੇ ਹੂੰ ਹੂੰ ਬਿਲਕੁਲ ਤਾਂ ਵੀ ਚਾਵਲ ਬਣ ਜਾਂਦੇ ਨੇ ਮਤਲਬ ਕਿ ਹਾਂ ਸਾਨੂੰ ਕੁਝ ਨਹੀਂ ਜਾਂਦੇ ਹੂੰ ਹਥਿਆਰਾਂ ਦੇ ਜਾਲੀ লাইসেনਸ ਵਾਲੇ ਮਾਮਲੇ ਦੇ ਵਿੱਚ ਹਾਈ ਕੋਰਟ ਵੱਲੋਂ ਡੀਜੀਪੀ ਨਾਲ ਡੀਜੀਪੀ ਨੂੰ ਬੜੇ ਔਖੇ ਸਵਾਲ ਪੁੱਛੇ ਗਏ ਨੇ ਕਿ ਕੀ ਮਾਮਲਾ ਜੀ ਤੇ ਕੀ ਵੇਰਵਾ ਇਸ ਦਾ ਬਿਲਕੁਲ ਜੀ ਪੰਜਾਬ ਦੇ ਵਿੱਚ ਹਥਿਆਰਾਂ ਨੂੰ ਲੈ ਕੇ ਅਕਸਰ ਮਸਲਾ ਰਹਿੰਦਾ ਹੂੰ ਚਾਹੇ ਉਹ ਗੈਰਕਾਨੂੰਨੀ ਹਥਿਆਰ ਹੋਣ ਤੇ ਚਾਹੇ ਜਾਲੀ ਆ ਉਹਨਾਂ ਦੇ ਲਾਇਸੈਂਸਾਂ ਦਾ ਮਸਲਾ ਹੋਵੇ ਜਾਂ ਸਾਡੇ ਗਾਇਕੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਹਥਿਆਰਾਂ ਦੇ ਪ੍ਰਦਰਸ਼ਨ ਜਾਂ ਗੀਤਾਂ ਦੀ ਗੱਲ ਹੋਵੇ ਪਿਛਲੇ ਲੰਘੇ ਬਰੇ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਹੈ ਇਹ 13 ਨਵੰਬਰ 2022 ਦਾ ਹੁਕਮ ਹੈ ਜਿਸ ਵਿੱਚ ਪੰਜਾਬ ਸਰਕਾਰ ਨੇ ਬਕਾਇਦਾ ਕਿਹਾ ਕਿ ਜਨਤਕ ਥਾਮਾਂ ਦੇ ਉੱਤੇ ਜਨਤਕ ਸਮਾਗਮਾਂ 'ਚ ਧਾਰਮਿਕ ਤੇ ਪਰਿਵਾਰਕ ਸਮਾਗਮਾਂ ਦੇ ਵਿੱਚ ਧਾਰਮਿਕ ਥਾਮਾਂ ਦੇ ਉੱਤੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਹਥਿਆਰਾਂ ਦਾ ਪ੍ਰਦਰਸ਼ਨ ਨਹੀਂ ਕਰ ਸਕਦੇ ਹਥਿਆਰਾਂ ਦੀ ਖੁੱਲਿਆਂ ਵਰਤੋਂ ਨਹੀਂ ਕਰ ਸਕਦੇ ਇਹਦੇ ਪਰ ਪੂਰੀ ਤਰ੍ਹਾਂ ਰੋਕ ਹੈ ਕੁਝ ਲੋਕ ਸੋਸ਼ਲ ਮੀਡੀਆ ਤੇ ਮਤਲਬ ਹਥਿਆਰਾਂ ਦੀ ਵਰਤੋਂ ਕਰਕੇ ਪੋਸਟ ਆ ਪਾ ਦਿੰਦੇ ਸੀ ਜਾਂ ਕੁਝ ਪਾਉਂਦੇ ਜਾਂ ਫੋਟੋ ਆ ਪਾਉਂਦੇ ਸੀ ਇੱਕ ਤਰ੍ਹਾਂ ਉਹਨਾਂ ਤੇ ਪਰ ਰੋਕ ਲੱਗੀ ਪਰ ਅਕਸਰ ਇੱਥੇ ਹੁੰਦਾ ਕਿ ਇੱਥੇ ਸਰਕਾਰਾਂ ਹੁਕਮ ਦੇ ਕੇ ਭੁੱਲ ਜਾਂਦੀਆਂ ਨੇ ਕੋਈ ਮੁੜ ਕੇ ਗੌਲਦਾ ਹੀ ਨਹੀਂਗਾ ਮੇਰੇ ਅੱਜ ਵੀ ਧਿਆਨ ਹੈ ਕਿ ਇੱਕ ਵਾਰ ਬੀਬੀ ਪਟੜ੍ਹਲ ਮਤੌਰ ਮੁੱਖ ਮੰਤਰੀ ਸ਼੍ਰੀ ਨੰਦਪੁਰ ਸਾਹਿਬ ਆਏ ਜੀ ਤੇ ਭਾਜਪਾ ਨੂੰ ਭੋਸ਼ਨ ਦਿੱਤਾ ਤੇ ਸਾਨਕ ਲੀਡਰਾਂ ਲੀਡਰਾਂ ਨੂੰ ਉਹਨਾਂ ਦੇ ਪੀਏ ਕਹੀ ਜਾਣ ਕੇ ਐਲਾਨ ਕੀ ਕਰਾਉਣਾ ਜੀ ਉਹ ਤਾਂ ਦੱਸੋ ਕੁਛ ਹੂੰ ਹੂੰ ਕਿ ਇੱਕ ਦੋ ਐਲਾਨ ਕੀਨੇ ਦੱਸੋ ਜੀ ਉਹਨਾਂ ਨੂੰ ਪਤਾ ਲੱਗ ਗਿਆ ਕੁਸਨ ਮੁਸਰ ਦੇ ਵਿੱਚੋਂ ਬੀਪੀਜੀ ਜਾਣ ਲੱਗੇ ਐਲਾਨ ਕਰਕੇ ਕਿ ਜਿਹੜਾ ਕੁੜੀਆਂ ਦਾ 10ਵੀਂ ਵਾਲਾ ਸਕੂਲ ਆ ਉਹਨੂੰ ਮੈਂ 12ਵੀਂ ਤੱਕ ਕਰਦੀਆਂ ਸੀਨੀਅਰ ਸਕੰਡਰੀ ਸਕੂਲ ਬਣਾਉਣੀ ਹੈ ਤੇ ਚਲੋ ਜੀ ਤਾੜੀਆਂ ਵੱਜ ਗਈਆਂ ਵਾਵਾ ਹੋ ਗਈ ਬਾਅਦ ਚੋ ਸਟੇਜ ਤੋਂ ਉਤਰਦੇ ਹੋਏ ਆਨੰਦ ਪ੍ਰਸਾਦ ਦੇ ਲੀਡਰ ਕਹੀ ਉਹ ਤਾਂ ਪਹਿਲਾਂ ਹੀ 12ਵੀਂ ਤੱਕ ਸੀਗਾ ਅਗਲੇ ਦਾ ਕੋਈ ਨਾਮ ਹੋ ਗਿਆ ਗੱਲ ਜਿਹੜਾ ਪਹਿਲਾਂ ਹੀ 12ਵੀਂ ਤੋਂ ਨੂੰ 12ਵੀਂ ਕਰਦਾ ਸੋ ਇਸ ਲਈ ਸਰਕਾਰਾਂ ਆਪਣੇ ਕੀਤੇ ਕੰਮ ਹੀ ਭੁੱਲ ਜਾਂਦੀਆਂ ਨੇ। ਉਹਨੇ ਹੁਕਮ ਦਿੱਤਾ ਪੰਜਾਬ ਸਰਕਾਰ ਨੇ ਕਿ ਪਾਈ ਜਨਤਕ ਥਾਮਾਂ ਤੇ ਵਰਤੋਂ ਨਹੀਂ ਕਰਨੀ, ਪ੍ਰਦਰਸ਼ਨ ਨਹੀਂ ਕਰਨਾ, ਐ ਗੈਰਕਾਨੂੰਨੀ ਹਥਿਆਰਾਂ ਦੇ ਲਾਇਸੈਂਸ ਜਾਲੀ ਹੋਣਗੇ ਤੁਹਾਨੂੰ ਤੇ ਕਾਰਵਾਈ ਹੋਊਗੀ। ਉਹ ਸਾਰੇ ਹੁਕਮ ਫਾਈਲ ਚੇਕ ਤੇ ਰਹਿ ਗਏ ਨਾ ਉਹ ਕਿਹਨੇ ਪਾਲਣਾ ਕਰਨੀ ਸੀ ਪੁਲਿਸ ਨੇ। ਇਨਕੁਆਇਰੀ ਕਿਹਨੇ ਕਰਨੀ ਸੀ ਪੁਲਿਸ ਨੇ, ਜਾਂਚ ਕਿਹਨੇ ਕਰਨੀ ਸੀ ਪੁਲਿਸ ਨੇ। ਸੋ ਇਸ ਮਸਲੇ ਤੇ ਫਿਰ ਹੁਣ ਪੰਜਾਬ ਰੈਣਾ ਹਾਈ ਕੋਰਟ ਥੋੜਾ ਜਿਹਾ ਸਖਤ ਨਜ਼ਰਾ ਹੈ। ਉਹਨਾਂ ਨੇ ਮਤਲਬ ਜਵਾਬ ਨਹੀਂ ਆਉਣ ਦਿੱਤਾ। ਡੀਜੀਪੀ ਸਾਹਿਬ ਨੂੰ ਸਵਾਲ ਇਹ ਸਵਾਲ ਪੁੱਛੇ ਇਕੱਠਾ ਹੀ ਫਾਈਲ ਬਣਾ ਕੇ ਜਾਇਓ ਪੰਜਾਬ ਰਾਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਪੁੱਛਿਆ ਕਿ ਜਨਾਬ ਦੱਸਿਓ ਜਰਾ ਕਿ ਪੰਜਾਬ ਦੇ ਜ਼ਿਲ੍ਹਿਆਂ ਚ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਵੱਖੋ ਵੱਖ ਕਿਉਂ ਹੈ ਹਮ ਇੱਕੋ ਪ੍ਰਕਿਰਿਆ ਕਿਉਂ ਨਹੀਂ ਅਪਣਾਈ ਗਈ ਇੱਕੋ ਤਰੀਕਾ ਕਿਉਂ ਨਹੀਂ ਅਪਣਾਇਆ ਗਿਆ ਲੁਧਿਆਣੇ ਚ ਹੋਰ ਪੋਰਟਲ ਤੇ ਹੋਈ ਜਾਂਦਾ ਬਾਕੀ ਥਾਵਾਂ ਤੇ ਹੋਰ ਪੋਰਟਲ ਤੇ ਹੋਈ ਜਾਂਦਾ ਕਿਤੇ ਕੋਈ ਕਾਗਜ਼ ਲੱਗਦਾ ਹੈ ਕਿਤੇ ਨਹੀਂ ਲੱਗਦਾ ਵੱਖਰੀ ਵੱਖਰੀ ਪ੍ਰਕਿਰਿਆ ਕੀ ਹੈ ਤੇ ਇਹ ਵੀ ਪੁੱਛਿਆ ਨਾਲ ਮਾਨਜੋਗ ਹਾਈ ਕੋਰਟ ਨੇ ਡੀਜੀਪੀ ਸਾਹਿਬ ਨੂੰ ਕਿ ਸਾਨੂੰ ਇਹ ਵੀ ਦੱਸ ਦਿਓ ਕਿ ਸੂਬਾ ਸਰਕਾਰ ਦੇ ਦੇ ਵਿੱਚ ਕੀ ਦਿਸ਼ਾ ਨਿਰਦੇਸ਼ ਨੇ ਉਹ ਤੋਂ ਤੁਹਾਨੂੰ ਤੁਸੀਂ ਜਾਣੂ ਆ ਕਿ ਉਹ ਸੇਮ ਤਰ੍ਹਾਂ ਲਾਗੂ ਹੁੰਦੇ ਨੇ ਕਿ ਨਹੀਂ ਇਹ ਵੀ ਦੱਸੋ ਫਿਰ ਅਗਲਾ ਸਵਾਲ ਇਹ ਵੀ ਪੁੱਛਿਆ ਕਿ ਦਸੋਂ ਹਥਿਆਰਾਂ ਦਾ ਪ੍ਰਦਰਸ਼ਨ ਹੈ ਜਿਹੜਾ ਉਹ ਜਾਂ ਹਥਿਆਰਾਂ ਦਾ ਜਿਹੜਾ ਗੁਣਗਾਨ ਹੈ ਜਿਹੜਾ ਉਹ ਉਹਨਾਂ ਦੇ ਖਿਲਾਫ ਤੁਸੀਂ ਕਿੰਨੀਆਂ ਕ ਕਾਰਵਾਈਆਂ ਕੀਤੀਆਂ ਜਿਹੜੇ ਗੀਤਾਂ ਚ ਹਥਿਆਰਾਂ ਦਾ ਗੁਣਗਾਨ ਕਰਦੇ ਨੇ ਜਾਂ ਹਥਿਆਰਾਂ ਦੇ ਪ੍ਰਦਰਸ਼ਨ ਕਰਦੇ ਨੇ ਸ਼ਾਰਟ ਦੇ ਵਿੱਚ ਫਿਲਮਾਂ ਚ ਦਿਖਾਉਂਦੇ ਨੇ ਗਾਣੇ ਚ ਦਿਖਾਉਂਦੇ ਨੇ ਕਿੰਨੀਆਂ ਉਹਨਾਂ ਤੇ ਰੋਕ ਲਾਈ ਕਿੰਨੀਆਂ ਕਾਰਵਾਈ ਕੀਤੀ ਤੁਸੀਂ ਹੂੰ ਇਹਦੇ ਨਾਲ ਇਹ ਵੀ ਪੁੱਛਿਆ ਕਿ ਜਿਹੜੇ ਲਾਈਵ ਹੋ ਕੇ ਜਨਤਕ ਸ਼ੋਹਰ ਦੇ ਵਿੱਚ ਇਹ ਜੇ ਗੀਤ ਗਾਉਂਦੇ ਨੇ ਹਾਂ ਇਹ ਜੀਆਂ ਗੱਲਾਂ ਕਰਦੇ ਨੇ ਹਥਿਆਰਾਂ ਦੇ ਪ੍ਰਮੋਟ ਕਰਨ ਵਾਲੀਆਂ ਤੁਸੀਂ ਉਹਨਾਂ ਬਾਰੇ ਕਿਹੜੀ ਐਕਸ਼ਨ ਲਿਆ ਕਿਹੜੀ ਕਾਰਵਾਈ ਕੀਤੀ ਕਿਹੜੀ ਸੂਚੀ ਬਣਾਈ ਕਿਹਨੂੰ ਨੋਟਿਸ ਭੇਜਿਆ ਸਾਨੂੰ ਇਹ ਦੱਸ ਦਿਓ ਜੀ ਇਹ ਵੀ ਪੁੱਛਿਆ ਨਾਲ ਡੀਜੀਪੀ ਸਾਹਿਬ ਨੂੰ ਕਿ ਹਥਿਆਰਾਂ ਦੇ ਜਾਇਲੀ ਲਾਇਸੈਂਸ ਬਣਾਉਣ ਵਾਲੇ ਗਰੋਹ ਨੇ ਪੰਜਾਬ ਦੇ ਵਿੱਚ ਹਮ ਉਹਨਾਂ ਚੋਂ ਕਿੰਨੇ ਕੁ ਗਰੋਹ ਫੜਲੇ ਕਿੰਨੇ ਕੁ ਖਤਮ ਹੋ ਗਏ ਕਿੰਨੇ ਕੁ ਸਰਗਰਮ ਨੇ ਕੋਈ ਹੈਗਾ ਦਸਤਾਵੇਜ਼ ਤੁਹਾਡੇ ਕੋਲ ਦੱਸੋ ਜੀ ਹਮ ਨਾਲ ਇਹ ਵੀ ਪੁੱਛਿਆ ਕਿ ਗਰੋਹਾਂ ਦੀ ਪਛਾਣ ਜੇ ਕੀਤੀ ਆ ਤਾਂ ਫਿਰ ਉਹਨਾਂ ਦੇ ਮਾਮਲਿਆਂ ਦੇ ਵਿੱਚ ਕੀ ਕੁਝ ਦਰਜ ਕੀਤਾ ਕਿਦੇ ਉਤੋਂ ਕੀ ਬਰਾਮਦਗੀ ਆ ਕਿਤੇ ਤੇ ਕੀ ਕਾਰਵਾਈ ਆ ਸਾਰੀ ਜਾਣਕਾਰੀ ਦਿਓ ਜੀ ਹਾਈ ਕੋਰਟ ਨੇ ਜ਼ਿਲ੍ਹਿਆਂ ਦੇ ਹਿਸਾਬ ਨਾਲ ਸੂਚੀ ਬਣਾ ਕੇ ਲਿਆਉਣ ਨੂੰ ਕਿਹਾ ਹਮ ਕਿ ਸਾਰੇ ਮਾਮਲਿਆਂ ਦੀ ਜ਼ਿਲ੍ਹਾ ਬਾਈਜ ਰਿਕਾਰਡ ਲੈ ਕੇ ਆਇਓ ਕੀ ਹੈ ਵਿਜੇ ਜੀ ਇੱਥੇ ਹੀ ਨਹੀਂ ਰੁਕਿਆ ਮੰਗਦਾ ਹਮ ਉਹ ਕਹਿੰਦੇ ਕਿ ਭਾਈ ਪੰਜਾਬ ਸਰਕਾਰ ਨੇ ਤਾਂ ਹੁਕਮ ਦਿੱਤਾ ਹਮ ਸਾਨੂੰ ਇਹ ਦੱਸੋ ਕਿ ਜਨਤਕ ਥਾਮਾਂ ਤੇ ਧਾਰਮਿਕ ਥਾਮਾਂ ਤੇ ਸਮਾਜਿਕ ਥਾਮਾਂ ਤੇ ਪਿਆਸ ਮਾਗੂਆਂ ਦੇ ਵਿੱਚ ਜਿਹੜੀ ਹਥਿਆਰਾਂ ਦੀ ਵਰਤੋਂ ਜਾਂ ਪ੍ਰਦਰਸ਼ਨ ਹੁੰਦੀ ਆ ਤੇ ਇਹ ਜਦੋਂ ਮੀਡੀਆ 'ਚ ਆ ਜਾਂਦੀ ਆ ਗੱਲ ਨਸਰ ਹੋ ਜਾਂਦੀ ਆ ਤੁਹਾਡੇ ਧਿਆਨ 'ਚ ਆਉਂਦੀ ਕਿੰਨੇ ਆ ਦੇ ਲਾਇਸੈਂਸੀ ਹਥਿਆਰਾਂ ਦੇ ਲਾਇਸੈਂਸ ਕੈਂਸਲ ਕੀਤੇ ਆ ਸਾਨੂੰ ਉਹਦਾ ਰਿਕਾਰਡ ਦੇ ਦਿਓ ਹੂੰ ਕਿਹੜਾ ਦਿਨ ਲੰਘਦਾ ਪੰਜਾਬ 'ਚ ਇਹ ਜਾ ਪ੍ਰਦਰਸ਼ਨ ਨਾ ਹੁੰਦਾ ਹੋਵੇ ਉਹਦਾ ਦੇ ਦਿਓ ਹਥਿਆਰੀ ਲਾਇਸੈਂਸ ਬਣਾਉਣ ਵਾਲਿਆਂ ਦੀਆਂ ਜਿੰਨੀਆਂ ਅਰਜ਼ੀਆਂ ਆਉਂਦੀਆਂ ਤੁਹਾਡੇ ਕੋਲ ਹੂੰ ਕਿਉਂਕਿ ਅੱਜਕੱਲ ਦੌੜ ਲੱਗੀ ਪਈ ਆ ਜਿਹਦੇ ਕੋਲ ਚਾਰ ਛਿਲੜਮ ਨੇ ਜਾਂ ਕਿਸੇ ਲੀਡਰ ਨਾਲ ਕੰਧ ਖੈਂਦੀ ਆ ਉਹ ਕਹਿੰਦਾ ਬਸ ਮੈਂ ਲਾਇਸੈਂਸਰ ਬਣਾਉਣਾ ਹਥਿਆਰ ਦਾ ਹੂੰ ਸੋ ਇਸ ਜੋ ਬਕਾਇਦਾ ਤੌਰ ਤੇ ਮਾਨਯੋਗ ਪੰਜਾਬ ਹਾਈ ਕੋਰਟ ਨੇ ਪੁੱਛਿਆ ਅਜੀਬੀ ਜੀਬਾ ਨੂੰ ਕਿ ਜਿਹੜੇ ਹਥਿਆਰਦੰਦ ਦੇ ਲਾਇਸੈਂਸ ਲੈਣ ਲਈ ਐਪਲੀਕੇਸ਼ਨ ਆਉਂਦੀਆਂ ਅਰਜ਼ੀਆਂ ਆਉਂਦੀਆਂ ਉਹਨਾਂ ਚੋਂ ਕਿੰਨੀਆਂ ਮਨਜ਼ੂਰ ਹੁੰਦੀਆਂ ਕਿੰਨੀਆਂ ਨਾ ਮਨਜ਼ੂਰ ਹੁੰਦੀਆਂ ਤੇ ਜਿਹੜੀਆਂ ਮਨਜ਼ੂਰ ਹੁੰਦੀਆਂ ਉਹ ਕਿਉਂ ਹੋਈਆਂ ਜਿਹੜੀਆਂ ਨਾ ਮਨਜ਼ੂਰ ਹੋਈਆਂ ਉਹ ਕਿਉਂ ਨਹੀਂ ਆ ਉਹਦਾ ਬਿਜਾਅ ਕਤਾਵ ਦੀ ਦਿਓ ਹੈ ਫਿਰ ਨਾਲ ਇਹ ਵੀ ਪੁੱਛਿਆ ਕਿ ਸੁੱਬੇ ਵਿੱਚ ਬਿਨਾ ਲਾਇਸੈਂਸ ਤੋਂ ਝਾਲੀ ਤਰੀਕੇ ਨਾਲ ਕਿੰਨੇ ਕ ਗਨ ਹਾਊਸ ਚੱਲਦੇ ਨੇ ਇਹ ਵੀ ਦੱਸ ਦੋ ਹੂੰ ਜੀ ਗਨ ਹਾਊਸਾਂ ਉਹ ਬਿਨਾਂ ਲਾਇਸੈਂਸ ਤੋਂ ਕਿਵੇਂ ਚੱਲੀ ਜਾਂਦੇ ਨੇ ਤੇ ਜਾਲੀ ਗਨ ਹੌਂਸਾ ਖਿਲਾਫ ਪੁਲਿਸ ਨੇ ਹੁਣ ਤੱਕ ਕਿੰਨੀ ਕਾਰਵਾਈ ਕੀਤੀ ਹੈ ਕਿਹੜੀ ਕਾਰਵਾਈ ਕੀਤੀ ਹੈ ਇਹਦਾ ਹਿਸਾਬ ਦੇ ਦਿਓ ਫਿਰ ਹਾਈ ਕੋਰਟ ਨੇ ਇਹ ਵੀ ਪੁੱਛਿਆ ਕਹਿੰਦੇ ਪੰਜਾਬ ਪੁਲਿਸ ਨੂੰ ਕਿ ਤੁਸੀਂ ਅਕਸਰ ਕਹਿੰਦੇ ਨੂੰ ਕਿ ਇਸ ਘਟਨਾ ਪਿੱਛੇ ਸ਼ਰਾਰਤੀ ਅੰਸ਼ ਜੀ ਸ਼ਰਾਰਤੀ ਤੱਤ ਹੈ ਨਾ ਹੈ ਤੇ ਇਸ ਲਈ ਕਹਿੰਦੇ ਕਿ ਉਹ ਅੰਸ਼ਰਾ ਦੀ ਪਰਿਭਾਸ਼ਾ ਕੀ ਆ ਹੂੰ ਸ਼ਰਾਰਤੀ ਤੱਤਾਂ ਦੀ ਪਰਿਭਾਸ਼ਾ ਕੀ ਆ ਕਹਿੰਦੇ ਸਾਨੂੰ ਉਹ ਉਹਦਾ ਵੀ ਪਰਿਭਾਸ਼ਾ ਵੀ ਜਾਣ ਕਰਾ ਦਿਓ ਇਹਰ ਕਹਿੰਦੇ ਕਿ ਇਹ ਵੀ ਦੱਸ ਦੋ ਕਿ ਉਹ ਦਾ ਪੈਮਾਨਾ ਕੀ ਹੈ ਤੇ ਕਿਸ ਆਧਾਰ ਤੇ ਕਿਹੜਾ ਬੜਾ ਸ਼ਰਲਤੀ ਦੰਤਰ ਬਣਦਾ ਅਨਸਰ ਬਣਦਾ ਕਿਹੜਾ ਛੋਟਾ ਸ਼ਰਲਤੀ ਅਨਸਰ ਬਣਦਾ ਉਹ ਦਾ ਵੀ ਹਿਸਾਬ ਦੇ ਦੋ ਸੋ ਇਹ ਸਾਰੀ ਕਾਰਵਾਈ ਦੇ ਲਈ ਉਹਨਾਂ ਨੂੰ ਕਾਇਦਾ ਤੌਰ ਤੇ ਹਦਾਇਤ ਹੋਈ ਕਿ ਜ਼ਿਲ੍ਹਾ ਬਾਈ ਦੱਸ ਆ ਬਿਜ ਲੈ ਕੇ ਆਇਓ ਰਿਪੋਰਟ ਲੈ ਕੇ ਆਇਓ ਉਦੋਂ ਤੁਤੋ ਸਵਾਲਾਂ ਦੇ ਜਵਾਬ ਦੇਵਾਂਗੇ ਅੱਜ ਸਵਾਲਾਂ ਦੀ ਕਾਪੀ ਲੈ ਜਾਓ ਸਾਡੇ ਕੋਲ ਹੂੰ ਕੁਐਸਚਨ ਪੇਪਰ ਦੇਤਾ ਦੇਤਾ ਜੀ ਦੀਪਕ ਜੀ ਸਮਾਦੇ ਪੁੱਛਾਇਓ ਆਨਲਾਈਨ ਆਨਲਾਈਨ ਭਰ ਕੇ ਲਿਆਉਣ ਚਾਹੇ ਜਵਾਬ ਦੀ ਕਾਪੀ ਕਿ ਪੰਜਾਬ ਪੁਲਿਸ ਪ੍ਰੈਸ ਕਾਨਫਰੈਂਸਾਂ ਕਰਕੇ ਰਿਕਾਰਡ ਚ ਗਰਾਉਂਡ ਜਬਤ ਹੁੰਦੀ ਆ ਕੈਨਾ ਨਸ਼ਾ ਫੜ ਲਿਆ ਇੰਦੀ ਬਰਾਮਦਗੀ ਹੋਗੀ ਐਨਾ ਗੋਲੀ ਸਿੱਕਾ ਮਿਲ ਗਿਆ ਪਰ ਜਿਹੜਾ ਚੱਲ ਰਿਆ ਹੁੰਦਾ ਉਹਦਾ ਕੋਈ ਜਵਾਬ ਹੈ ਨਹੀਂ ਜੀ ਬਿਲਕੁਲ ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ ਸੋਮਵਾਰ ਨੂੰ ਫੇਰ ਗੱਲ ਕਰਦੇ ਆ ਤੁਹਾਡਾ ਵੀਕਐਂਡ ਖੁਸ਼ਗੁਵਾਰ ਰਹੇ ਜੀ ਬਹੁਤ ਧੰਨਵਾਦ ਥੈਂਕ ਯੂ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ